ਕੁੜੀ 'ਸਤੇ ਮੁੰਡਾ ਲੱਭ ਲਿਆ ਚੰਗੇ ਪੈਸੇ ਵਾਲਾ ਮੁੰਡੇ 'ਤੇ ਕੁੜੀ ਲੱਭ ਲਈ ਤਾਂ ਉਹ ਉਹਦੇ ਨਾਲ ਬਾਹਰ ਭੇਜ ਦਿੰਦੇ ਸੀ ਤੇ ਉੱਥੇ ਜਾ ਕੇ ਵਰਕ ਪਰਮਿਟ ਵੀ ਮਿਲਦਾ ਸੀ ਉਹ ਕੰਮ ਵੀ ਕਰਦੇ ਸੀ ਦੋਨੇ ਜਾਨੇ ਕੀ ਉਹ ਹੁਣ ਨਹੀਂ ਹੋ ਸਕੇ ਟਿੱਕ ਨੀ ਡਾ ਉਹ ਲੈ ਕੈਨੇਡਾ ਨੀ ਰਹਿ ਗਿਆ ਜਿਹੜਾ ਅਸੀਂ ਜਾ ਕੇ ਮਤਲਬ ਕੁਝ ਨੋ ਪ੍ਰੋਫਾਈਲ ਲੋਕਾਂ ਨੇ ਜਾ ਕੇ ਉੱਥੇ ਕੰਮ ਖਰਾਬ ਕੀਤਾ ਔਰ ਬਹੁਤ ਜਲਦੀ ਤੋਂ ਅਗਲੀ ਵੀ ਨਿਊਜ਼ ਆਏ ਆਈ ਲੋ ਛੇਤੀ ਇਹਨਾਂ ਬੱਚਿਆਂ ਨੇ ਜਿਹੜੇ ਵੀ ਇਹਦੇ ਚੋਂ ਗਲਤ ਤਰੀਕੇ ਨਾਲ ਗਏ ਨੇ ਉੱਥੇ ਜਾਂ ਕੋਈ ਗਲਤ ਹੈਗੇ ਨੇ ਬੱਚਾ ਵੀ ਵਾਪਸ ਆਏਗਾ ਔਰ ਡੀਪੋਰਟ ਹੋਣ ਤੋਂ ਬਾਅਦ ਅੱਗੋਂ ਕਿਸੇ ਹੋਰ ਕੰਟਰੀ ਜਾਂਜੂਗਾ ਵੀ ਨਹੀਂ ਰਹੇ ਉਹ ਤੁਮ ਮੋਤਾਂੀਆਂ ਖਬਰਾਂ ਬੜੀਆਂ ਆ ਰਹੀਆਂ ਬੱਚਿਆਂ ਦੀਆਂ ਇਹ ਕੀ ਇੱਥੇ ਤਾਂ ਮੈਂ ਉਹਦਾਂ ਦੀਆਂ ਖਬਰਾਂ ਦੇਖਦਾ ਨਹੀਂ 20-20 ਸਾਲ ਦੇ 21-21 ਸਾਲ ਦੇ ਨੌਜਵਾਨ ਇਹਨੇ ਸੋਹਣੇ ਬੱਚੇ ਮਾਪੇ ਹਿਰੀਆਰ ਦਾ ਪੁੱਤ ਧੀ ਭੇਜਦੇ ਆ ਤੇ ਕਿਤੇ ਧੀ ਦੀ ਮੌਤ ਦੀ ਖਬਰ ਕਿਤੇ ਪੁੱਤ ਦੀ ਮੌਤ ਦੀ ਖਬਰ ਇਹ ਇਹਦੇ ਅਸਲ ਕਾਰਨ ਕੀ ਨੇ ਕਿ ਜੀ ਹਾਰਟ ਅਟੈਕ ਹੋ ਗਿਆ ਇੰਨੇ ਹਾਰਟ ਅਟੈਕ ਹੀ ਹੋ ਜਾਂਦੇ ਆ ਜਾਂ ਅਸਲ ਕਾਰਨ ਉਹਦੇ ਪਿੱਛੇ ਕੁਝ ਹੋਰ ਨੇ ਕਿਉਂਕਿ ਉੱਥੇ ਟਰੱਕ ਤੋਂ ਲੈ ਕੇ ਵੀ ਬੜੇ ਸ਼ੰਕੇ ਪੈਦਾ ਹੁੰਦੇ ਨੇ ਉਹ ਵੀ ਓਪਨ ਕਰਤੀ ਇੱਥੇ ਅਸੀਂ ਕਹਿੰਦੇ ਆ ਕਿ ਪੰਜਾਬ 'ਚ ਨਸ਼ਾ ਜੀ ਤੇ ਇੱਥੇ ਤਾਂ ਫਿਰ ਵੀ ਗੈਰਕਾਨੂੰਨੀ ਆ ਉੱਥੇ ਤਾਂ ਕਾਨੂੰਨੀ ਕਰਤਾ ਉਹਨਾਂ ਬੱਚਿਆਂ ਦੀ ਹਾਲਤ ਨੂੰ ਲੈ ਕੇ ਉੱਥੇ ਕਿਸ ਤਰ੍ਹਾਂ ਦੀਆਂ ਕਿਉਂਕਿ ਤੁਹਾਡੇ ਸਰਕਲ ਦੇ ਵਿੱਚ ਬਹੁਤ ਲੋਕ ਨੇ ਉਹਨਾਂ ਦੇ ਨਾਲ ਗੱਲਬਾਤ ਹੁੰਦੀ ਹੈ ਤਾਂ ਉਹਨਾਂ ਬੱਚਿਆਂ ਦੀ ਸਥਿਤੀ ਨੂੰ ਕਿਵੇਂ ਦੇਖੀਏ ਸ਼ਰਮ ਹੀ ਆਉਂਦੀ ਵੀ ਮੈਂ ਮੀਡੀਆ 'ਕਿ ਕੀ ਗੱਲ ਕਰਾਂ ਹਰ ਕੁਝ ਹੋ ਰਿਹਾ ਬੱਜ 10 ਡਾਲਰ 15 ਡਾਲਰ 20 ਡਾਲਰ ਤੋਂ ਲੈ ਕੇ ਕੀਮਤ ਜਿਹੋ ਜਿਹੀ ਭਰਤ ਹੋਵੇ ਸੋ ਮੈਂ ਸ਼ਰਮੀ ਹਾਂ ਵੀ ਨਾ ਕਰੀ ਇਹੋ ਜਿਹੀ ਗੱਲ ਕੈਨੇਡਾ ਜਦੋਂ ਕੈਨੇਡਾ ਦੀ ਗੱਲ ਹੁੰਦੀ ਹੈ ਤਾਂ ਸਿੱਧੇ ਤੌਰ ਤੇ ਪੰਜਾਬੀਆਂ ਦੇ ਨਾਲ ਜ਼ਰੂਰ ਜੋੜਿਆ ਜਾਂਦਾ ਕਿਉਂਕਿ ਪੰਜਾਬ ਦੇ ਵਿੱਚੋਂ ਜ਼ਿਆਦਾਤਰ ਲੋਕਾਂ ਦਾ ਇਹ ਸੁਪਨਾ ਹੈ ਹਾਲਾਂਕਿ ਗੁਜਰਾਤ ਹੋਵੇ ਜਾਂ ਦੂਜੇ ਸੂਬੇ ਹੋਣ ਉੱਥੇ ਵੀ ਪਰ ਪੰਜਾਬ ਦੇ ਲੋਕ ਮੁੱਖ ਤੌਰ ਤੇ ਦੇਖਿਆ ਜਾਂਦਾ ਕਿ ਕੈਨੇਡਾ ਦੇ ਵਿੱਚ ਵੱਡੀ ਗਿਣਤੀ ਪਹੁੰਚੇ ਔਰ ਕੈਨੇਡਾ ਦੇ ਕਈ ਸ਼ਹਿਰਾਂ ਨੂੰ ਮਿੰਨੀ ਪੰਜਾਬ ਦੇ ਤੌਰ ਤੇ ਦੇਖਿਆ ਗਿਆ ਪਰ ਪਿਛਲੇ ਕੁਝ ਅਰਸੇ ਦੇ ਦੌਰਾਨ ਕੁਝ ਐਸੀਆਂ ਖਬਰਾਂ ਸਾਹਮਣੇ ਆਈਆਂ ਜਿਨ੍ਹਾਂ ਨੇ ਸਾਡੀ ਚਿੰਤਾ ਵਧਾਈ ਜਿਹੜੀ ਚੱਕਾ ਚੌਂਦ ਜਿਹੜੀ ਸ਼ੌਹਰਤ ਜਿਹੜਾ ਪੈਸਾ ਜਿਹੜੇ ਐਸ਼ੋ ਆਰਾਮ ਤੇ ਚਮਕ ਧੌਂਕ ਦੀ ਦੁਨੀਆ ਇਸ ਤੋਂ ਪਹਿਲਾਂ ਅਸੀਂ ਦੇਖਦੇ ਰਹੇ ਕੈਨੇਡਾ ਦੀ ਜਿਵੇਂ ਉੱਥੋਂ ਲੋਕ ਆਉਂਦੇ ਸੀ ਜਿਸ ਤਰ੍ਹਾਂ ਉਹਨਾਂ ਦੀ ਸ਼ਾਨੋ ਸ਼ੌਕਤ ਦੇਖੀ ਗਈ ਪਰ ਜੋ ਤਸਵੀਰਾਂ ਉਹਨਾਂ ਤਸਵੀਰਾਂ ਦੇ ਚਲਦਿਆਂ ਇੱਥੋਂ ਬਾਹਰ ਗਏ ਛੋਟੇ ਬੱਚਿਆਂ ਵਿਦਿਆਰਥੀਆਂ ਦੀਆਂ ਸਾਹਮਣੇ ਆਈਆਂ ਉਹਨਾਂ ਨੇ ਡਰਾ ਕੇ ਰੱਖ ਦਿੱਤਾ ਤੇ ਕੈਨੇਡਾ ਸਰਕਾਰ ਨੇ ਕਈ ਤਰ੍ਹਾਂ ਦੀ ਸਖਤੀ ਵੀ ਕਾਨੂੰਨੀ ਰੂਪ ਦੇ ਵਿੱਚ ਕਰ ਦਿੱਤੀ ਆਖਰ ਮੌਜੂਦਾ ਹਾਲਾਤ ਕੀ ਨੇ ਕੀ ਹੁਣ ਪਹਿਲਾ ਵਾਂਗ ਵਿਦਿਆਰਥੀ ਕੈਨੇਡਾ ਉਸੇ ਤਰ੍ਹਾਂ ਖੁੱਲੇ ਬੀਜੇ ਦੇ ਤਹਿ ਜਾ ਸਕਣਗੇ ਉੱਥੇ ਜਾ ਕੇ ਵਰਕ ਪਰਮਿਟ ਮਿਲ ਸਕੇਗਾ ਜੇ ਮਿਲ ਸਕੇਗਾ ਤਾਂ ਕਿਹੜੇ ਵਿਦਿਆਰਥੀ ਨੇ ਜਿਨ੍ਹਾਂ ਨੂੰ ਮਿਲ ਸਕੇਗਾ ਪਰ ਉਸ ਤੋਂ ਵੀ ਪਹਿਲਾਂ ਜਿਹੜੇ ਇਸ ਸਮੇਂ ਉੱਥੇ ਬੈਠੇ ਨੇ ਉਹਨਾਂ ਦੀ ਹਾਲਤ ਕੀ ਹੈ ਤੇ ਜਿੰਨਾ ਬੱਚਾ ਨੂੰ ਉਹਨਾਂ ਦੇ ਮਾਪੇ ਭੇਜਣ ਬਾਰੇ ਸੋਚ ਵਿਚਾਰ ਕਰ ਰਹੇ ਨੇ ਉਹਨਾਂ ਦੀ ਹਾਲਤ ਉੱਥੇ ਜਾ ਕੇ ਕੀ ਹੋਵੇਗੀ ਤੇ ਕਿਹੜੇ ਹਾਲਾਤਾਂ ਚ ਉਹਨਾਂ ਨੂੰ ਭੇਜਣਾ ਚਾਹੀਦਾ ਬੇहद ਗੰਭੀਰ ਮਸਲਾ ਕਿਉਂਕਿ ਮਸਲਾ ਤੁਹਾਡੇ ਸਾਡੇ ਪਰਿਵਾਰਾਂ ਦਾ ਹੈ ਸਾਡੇ ਬੱਚਿਆਂ ਦਾ ਸਾਡੇ ਭਵਿੱਖ ਦਾ ਪੂਰੇ ਮਸਲੇ ਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਐਡਵੋਕੇਟ ਸੁਨੀਲ ਮੱਲਣ ਜੀ ਨੇ ਮੱਲਣ ਸਾਹਿਬ ਨੇ ਹਾਈ ਕੋਰਟ ਦੇ ਵਿੱਚ ਪ੍ਰੈਕਟਿਸ ਕਰਦੇ ਨੇ ਔਰ ਇੰਨਾ ਵਿਸ਼ਿਆਂ ਦੇ ਨਾਲ ਬਖੂਬੀ ਜੁੜੇ ਰਹੇ ਨੇ ਸੱਚ ਤੁਸੀਂ ਇੱਥੇ ਕਾਫੀ ਕਰਦੇ ਰਹੇ ਨੇ ਹੋ ਔਰ ਇਸ ਤਰ੍ਹਾਂ ਦੇ ਕੇਸ ਤੁਹਾਡੇ ਕੋਲੇ ਆਏ ਵੀ ਕਾਫੀ ਨੇ ਪਹਿਲਾਂ ਤਾਂ ਮੈਂ ਇਹ ਸਮਝਣਾ ਚਾਹੂੰਗਾ ਕਿ ਇਸ ਵੇਲੇ ਕੈਨੇਡਾ ਦੇ ਹਾਲਾਤ ਕੀ ਨੇ ਜਿਹੜੇ ਨਵੇਂ ਬਦਲਾਅ ਕੀਤੇ ਨੇ ਕੈਨੇਡਾ ਸਰਕਾਰ ਨੇ ਉਹ ਕੀ ਬਦਲਾਅ ਨੇ ਹੁਣ ਜੇ ਕੋਈ ਮੈਨੂੰ ਪੁੱਛਦਾ ਜੇ ਆਪਣੇ ਬੱਚੇ ਨੇ ਪਲੱਸ 2 ਕਰ ਲਈ ਤੇ ਇਹਨੂੰ ਪਹਿਲਾਂ ਵਾਂਗ ਵਾਇਲਟਸ ਕਰਾ ਕੇ ਵੀਜ਼ਾ ਲਵਾ ਕੇ ਚੜਾ ਦਈਏ ਸਥਿਤੀ ਕੀ ਆ ਨਵੇਂ ਤਬਦੀਲੀ ਕੀ ਹੋਈ ਆ ਦੇਖੋ ਜਦੋਂ ਵੀ ਕੋਈ ਕੰਟਰੀ ਵੀਜ਼ਾ ਨੂੰ ਲਿਬਰਲ ਕਰਦਾ ਹੈ ਉਹ ਕਾਰਨ ਉਹਦੇ ਪਿੱਛੇ ਇੱਕੋ ਹੀ ਹੈ ਕਿ ਉਹਨਾਂ ਨੇ ਆਪਣੀ ਇਕਨੋਮੀ ਨੂੰ ਗਰੋ ਕਰਾਉਣਾ ਹੁਣ ਇਕਨੋਮੀ ਚ ਸਭ ਤੋਂ ਵੱਡਾ ਕੰਟਰੀਬਿਊਟਰ ਜੇ ਇਕਨੋਮਿਕਸ ਪੜੋਗੇ ਤੇ ਉਹ ਸਭ ਤੋਂ ਵੱਡਾ ਕੰਟਰੀਬਿਊਟਰ ਯੰਗ ਬਲੱਡ ਹੈ 60 ਸਾਲ ਦਾ ਬੰਦਾ ਨਵੀਂ ਕਮੀਜ਼ ਖਰੀਦਣ ਲੱਗਿਆ 20 ਵਾਰੀ ਸੋਚਦਾ ਉਹ ਪੁਰਾਣੀ ਕਮੀਜ਼ ਨੂੰ ਹੀ ਦੁਬਾਰਾ ਰਿਪੇਅਰ ਕਰਾਉਂਦਾ ਪਾਉਂਦਾ ਰੰਦਾ ਉਹੀ ਪੈਂਟ ਪਾ ਲੰਦਾ ਗਰਮ ਸੂਟ ਉਹਨੇ ਦੋ ਕਲੇ ਹੁੰਦੇ ਨੇ ਬਸ ਉਹਦੇ ਨਾਲ ਹੀ ਉਹਦੀਆਂ ਸਰਦੀਆਂ ਲੰਘ ਜਾਂਦੀਆਂ ਦੋ ਸਵੈਟਰਾਂ ਨਾਲ ਚੱਲ ਜਾਂਦੀਆਂ ਪਰ ਜਿਹੜਾ ਯੰਗ ਬਲੱਡ ਹੈ ਉਹਦੀ ਜਿਹੜੀ ਟਰਨ ਅਰਾਊਂਡ ਰੇਸ਼ਿਓ ਜਿਹੜੀ ਹੈ ਬਹੁਤ ਫਾਸਟ ਹੈ ਸੋ ਕਿਸੇ ਵੀ ਕੰਟਰੀ ਨੂੰ ਗਰੋ ਕਰਨ ਲਈ ਯੰਗ ਬਲੱਡ ਦੀ ਬਹੁਤ ਲੋੜ ਹੈ ਜਰਮਨੀ ਜੈਸਾ ਜਿਵੇਂ ਬੜੀ ਸ਼ਾਰਟੇਜ ਹੈ ਔਰ ਇਸੇ ਤਰ੍ਹਾਂ ਕੈਨੇਡਾ ਨੇ ਵੀ ਇਹੀ ਪਲਾਨ ਕੀਤਾ ਸੀ ਕਿ ਉਹਨਾਂ ਨੇ ਆਪਣੀ ਇਕਨੋਮੀ ਮੂਵ ਕਰਨ ਸਟੂਡੈਂਟ ਵੀਜ਼ੇ ਦੇ ਉੱਤੇ ਮਿਹਰਬਾਨੀ ਕੀਤੀ ਸੀਗੀ ਸਟੂਡੈਂਟ ਵੀਜ਼ਾ ਬਣਾਈਏ ਜਿਹਦੇ 'ਚ ਬੱਚੇ ਆਉਣਗੇ ਉਹਨਾਂ ਨੂੰ ਨਾਲ ਅਸੀਂ ਫੈਸਿਲਿਟੀਆਂ ਦਈਏ ਵਰਕ ਪਰਮਿਟ ਦਈਏ ਤਾਂ ਕਿ ਜਿਹੜੀ ਉਹਨਾਂ ਦੀ ਲੇਬਰ ਕੈਡਰ ਵਾਲੀ ਜੀ ਸੀਗੀ ਜਿਹੜੀ ਏਮਪਲੋਇਮੈਂਟ ਉਹ ਜਲਦੀ ਜਲਦੀ ਭਰੇ ਔਰ ਉੱਥੋਂ ਦੇ ਲੋਕਾਂ ਨੂੰ ਫੈਸਿਲਿਟੀਆਂ ਮਿਲ ਸਕਣ ਅੱਜ ਤੋਂ 10 ਸਾਲ ਜੇ ਮੈਂ ਪਿੱਛੇ ਜਾਵਾਂ ਤੇ 100 150 200 ਡਾਲਰ 'ਚ ਘਰ ਮਿਲ ਜਾਂਦਾ ਸੀ ਆਰਾਮ ਨਾਲ ਬੇਸਮੈਂਟ ਲਾ ਲਓ ਜਾਂ ਉੱਪਰ ਲੈ ਲਓ ਅੱਜ 1200 1500 1700 ਤੇ ਪਹੁੰਚ ਗਿਆ ਫੇਰ ਉਸ ਤੋਂ ਬਾਅਦ ਤੁਸੀਂ ਯਾਦ ਕਰੋ ਸਾਲក ਪਹਿਲਾਂ ਡੇਢ ਸਾਲ ਪੁਰਾਣੀ ਗੱਲ ਹੈ ਕੋਈ ਜਿਆਦਾ ਲੰਮੀ ਨਹੀਂ 748 ਸਟੂਡੈਂਟ ਉਹਨਾਂ ਨੇ ਲਿਸਟ ਆਊਟ ਕੀਤੇ ਸੀ ਜਿਹੜੇ ਗਲਤ ਡਾਕੂਮੈਂਟ ਦੇ ਬੇਸ ਤੇ ਆਏ ਸੀ ਤੋਂ ਸਰਕਾਰਾਂ ਦੇ ਇੰਟਰਫੇਰੈਂਸ ਦੇ ਉੱਤੇ ਉਹ ਚੀਜ਼ਾਂ ਰੁਕੀਆਂ ਫੇਰ ਕਬੂਤਰ ਬਾਜ਼ ਲਾੜੇ ਲਾੜੀਆਂ ਦੀ ਜਿਵੇਂ ਆਪਾਂ ਸਟੋਰੀ ਕਰ ਲਈਏ ਵੀ ਪੈਸੇ ਲਵਾ ਕੇ ਆਪਾਂ ਬਾਹਰ ਚੱਲ ਗਏ ਆ ਸੋ ਇਹ ਇੰਡਸਟਰੀ ਪਹਿਲਾਂ ਮੈਂ ਤੁਹਾਨੂੰ ਦੱਸ ਦਿੰਦਾ ਕਿ 14 ਹਜ਼ਾਰ ਕਰੋੜ ਰੁਪਏ ਦੀ ਇੰਡਸਟਰੀ ਯਾਨੀ ਕਿ ਪੰਜਾਬ ਚੋਂ ਤੁਸੀਂ ਕਹਿ ਸਕਦੇ ਹੋ ਕਿ 14 ਹਜ਼ਾਰ ਕਰੋੜ ਰੁਪਈਆ ਕੈਨੇਡਾ ਦੇ ਵੀਜ਼ੇ ਨੇ ਖਾਧਾ ਹੋਇਆ ਸਾਡਾ ਔਰ ਉਹ ਪੈਸਾ ਲੋਕਲ ਸਟੇਟ ਗਵਰਨਮੈਂਟ ਵੀ ਚਾਹੁੰਦੀ ਸੀ ਕਿ ਇਕਨੋਮੀ ਮੂਵ ਕਰਦੀ ਬਾਹਰ ਜਾ ਕੇ ਮੁੜ ਕੇ ਲੋਨ ਲਾਉਣ ਲਈ ਇਹ ਲੋਕ ਪੈਸੇ ਭੇਜਣਗੇ ਕੰਮ ਕਰਨਗੇ ਪਰ ਉਹਦੇ ਦੌਰਾਨ ਜਦੋਂ ਕੁਝ ਗਲਤ ਵਿਅਕਤੀ ਵੀ ਬਾਹਰ ਚਲ ਗਏ ਜਿਨ੍ਹਾਂ ਦਾ ਪ੍ਰੋਫਾਈਲ ਮੈਚ ਨਹੀਂ ਸੀ ਕਰਦਾ ਇਲੀਗਲ ਤਰੀਕੇ ਨਾਲ ਚਲ ਗਏ ਗਲਤ ਦੱਸਾ ਵਿਜਨ ਦੇ ਆਧਾਰ ਤੇ ਚਲ ਗਏ ਉਹਨਾਂ ਨੇ ਜਾ ਕੇ ਉੱਥੇ ਉਹ ਵੀ ਕੰਮ ਕਰ ਲਿਆ ਜਿਹੜਾ ਕਿ ਉਹਨਾਂ ਦੇ ਕੈਟਾਗਰੀ ਦਾ ਸੀਗਾ ਹੀ ਨਹੀਂ ਯਾਨੀ ਕਿ ਜਿਸ ਕੈਟਾਗਰੀ ਵਾਸਤੇ ਉਹ ਅਪਲਾਈ ਕਰਕੇ ਗਏ ਸੀ ਉਹਨਾਂ ਨੇ ਲੋ ਪ੍ਰੋਫਾਈਲ ਕੰਮ ਕਰ ਲਿਆ ਉਤੋਂ ਕੈਸ਼ ਤੇ ਕਰ ਲਿਆ ਉਤੋਂ ਹੋਰ ਸਸਤਾ ਕਰਤਾ ਜਿਹਦਾ صدਕਾ ਕੀ ਹੋਇਆ ਕਿ ਜਿਹੜੇ ਲੋੜਵੰਦ ਲੋਕ ਸੀ ਜੈਨੂਨ ਲੋਕ ਸੀ ਉਹਨਾਂ ਨੂੰ ਕੰਮ ਮਿਲਨੇ ਬੰਦ ਹੋ ਗਏ ਜਦੋਂ ਕੰਮ ਮਿਲਨੇ ਬੰਦ ਹੋ ਗਏ ਤੇ ਤਰਸਦੀ ਹੋਈ ਪਹਿਲੇ ਸਮੈਸਟਰ ਦੇ ਪੈਸੇ ਲਾ ਕੇ ਤੇ ਕੋਈ ਵੀ ਪਰਿਵਾਰ ਇੱਥੋਂ ਬਾਹਰ ਜਾ ਸਕਦਾ ਸੀ ਉਹ 15 ਲੱਖ ਰੁਪਏ ਲੱਗਦਾ ਸੀ ਫੜ ਤੜ ਕੇ ਇਧਰੋਂ ਉਧਰੋਂ ਮੁੰਡੇ ਦਾ ਵਿਆਹ ਤੇ ਕੁੜੀ ਦਾ ਵਿਆਹ ਤੇ ਜੋ ਵੀ ਕਰਕੇ ਕੀਤਾ ਅਗਲਾ 15 ਲੱਖ ਕਿੱਥੋਂ ਦੇਣਾ ਤੇ 3 ਸਾਲ ਦੀ ਉੱਥੇ ਡਿਗਰੀ ਵੀ 4 ਸਾਲ ਦੀ ਹੈ ਤੇ 4 ਸਾਲ ਦੀ ਡਿਗਰੀ ਲਈ ਉਹ ਪੈਸੇ ਦੇਣੇ ਮਿਨਿਮਮ 2 ਸਾਲ ਦਾ ਸਟੇਜ ਜ਼ਰੂਰੀ ਸੀ ਪੀਆਰ ਲੈਂ ਲਈ ਉਹ 2 ਸਾਲ ਲਈ ਵੀ 150 20 30 ਤੇ 30 ਤੇ 30 60 ਉਹ ਪੈਸੇ ਕਿੱਥੋਂ ਆਣੇ ਆ ਵਰਕ ਪਰਮਿਟ ਤੇ ਬੇਸਤੀ ਆਉਂਦੇ ਸੀ ਜਿਹੜਾ 40 ਘੰਟੇ ਕੰਮ ਮਿਲਦਾ ਸੀ ਪਹਿਲਾਂ ਸਰਕਾਰ ਨੇ ਜੀਆਈਸੀ ਮਹਿੰਗੀ ਕੀਤੀ ਆਲਮੋਸਟ ਡਬਲ ਕੀਤੀ ਫਿਰ ਉਥੋਂ ਦੇ ਜਿਹੜੇ ਇਕਨੋਮਿਕ ਮਿਨਿਸਟਰ ਪਲੱਸ ਉਥੋਂ ਦੇ ਜਿਹੜੇ ਇਮੀਗ੍ਰੇਸ਼ਨ ਮਿਨਿਸਟਰ ਉਹਨਾਂ ਨੇ ਦੇਖਿਆ ਵੀ ਸਾਡੇ ਫੋਰਨ ਤੋਂ ਜਿਹੜੇ ਲੋਕ ਆ ਰਹੇ ਨੇ ਉਹ ਕਰ ਕੀ ਰਹੇ ਨੇ ਉਹਦਾ ਟ੍ਰੈਂਡ ਕੀ ਹੈ ਉਸ ਟ੍ਰੈਂਡ ਨੂੰ ਜਦੋਂ ਉਹਨਾਂ ਨੇ ਵਾਚਿਆ ਵਾਚਣ ਤੋਂ ਬਾਅਦ ਉਹਨਾਂ ਨੂੰ ਹੋਂ ਤੋਂ ਬਾਅਦ ਹੁਣ ਉਹਨਾਂ ਨੇ ਜਿਹੜਾ ਨਵਾਂ ਕਾਨੂੰਨ ਚ ਬਦਲਾਅ ਲਿਆ ਹੁੰਦਾ ਉਹ ਇਹ ਲਿਆਂਦਾ ਹੈ ਨੰਬਰ 1 ਪਲੱਸ 2 ਤੋਂ ਬਾਅਦ ਅੱਜ ਵੀ ਵੀਜ਼ਾ ਲੱਗੇਗਾ ਪਰ ਇੱਕੋ ਸਟੂਡੈਂਟ ਦਾ ਲੱਗੇਗਾ ਜਿਹੜਾ ਜਾਣਾ ਚਾਹੁੰਦਾ ਉਹਦੇ ਸਪਾਊਸ ਦਾ ਵੀਜ਼ਾ ਨਹੀਂ ਲੱਗੇਗਾ ਔਰ ਉਹਨੂੰ ਉੱਥੇ ਜਾ ਕੇ ਵਰਕ ਪਰਮਿਟ ਨਹੀਂ ਮਿਲੇਗਾ ਅੱਛਾ ਬੜੀ ਤੁਸੀਂ ਪਹਿਲਾਂ ਤੇ ਇਸੇ ਪੁਆਇੰਟ ਤੇ ਚਰਚਾ ਕਰ ਲਈਏ ਪਲੱਸ 2 ਕਰਕੇ ਅੱਗੇ ਇਹ ਹੁੰਦਾ ਸੀ ਕਿ ਕੁੜੀ ਚਲੋ ਜੇ ਗਰੀਬ ਕਰਦੀ ਆ ਮੁੰਡਾ ਚਾਹੇ ਦੋਹਾਂ ਚੋਂ ਜਿਹੜਾ ਗਰੀਬ ਕਰਦਾ ਹਾਈਲਾਈਟਸ ਕਰ ਲਿਆ ਉਹ ਦੇਖਦੇ ਸੀ ਵੀ ਆਪਾਂ ਸਪਾਊਸ ਲੱਭੀਏ ਜਿਹੜਾ ਖਰਚਾ ਕਰੇਗਾ ਕੁੜੀ ਹੱਸ ਤੇ ਮੁੰਡਾ ਲੱਬੜਾ ਚੰਗੇ ਪੈਸੇ ਵਾਲਾ ਮੁੰਡੇ 'ਤੇ ਕੁੜੀ ਲੱਭ ਲਈ ਤਾਂ ਉਹ ਉਹਦੇ ਨਾਲ ਬਾਹਰ ਭੇਜ ਦਿੰਦੇ ਸੀ ਤੇ ਉੱਥੇ ਜਾ ਕੇ ਵਰਕ ਪਰਮਿਟ ਵੀ ਮਿਲਦਾ ਸੀ ਉਹ ਕੰਮ ਵੀ ਕਰਦੇ ਸੀ ਦੋਨੇ ਜਾਣੇ ਕੀ ਉਹ ਹੁਣ ਨਹੀਂ ਹੋ ਸਕੇਗਾ ਸਰ ਜਿਹੜਾ ਪ੍ਰਿੰਸੀਪਲ ਐਪਲੀਕੈਂਟ ਆ ਚਾਹੇ ਉਹ ਕੁੜੀ ਆ ਚਾਹੇ ਮੁੰਡਾ ਉਹ ਜਿਹੜਾ ਪਲੱਸ 2 ਦੇ ਬੇਸ ਤੇ ਗਿਆ ਉਹਨੂੰ ਉੱਥੇ ਜਾ ਕੇ ਵਰਕ ਪਰਮਿਟ ਨਹੀਂ ਮਿਲਣਾ ਕਲੀਅਰ ਹੈ ਔਰ ਸਤੰਬਰ 2024 ਤੱਕ ਜਿਹੜਾ ਬੰਦਾ ਉੱਥੇ ਐਂਟਰ ਕਰਕੇ ਜਾ ਕੇ ਆਪਣਾ ਵਰਕ ਪਰਮਿਟ ਲੈ ਗਿਆ ਸਤੰਬਰ 2024 ਤੱਕ ਕੌਣ ਵੜੇਗਾ ਜਿਹਦਾ ਸਤੰਬਰ ਤੱਕ ਦਾ ਇਨਟੇਕ ਹੈ ਜਿਹੜਾ ਜਨਵਰੀ 25 ਵਾਲਾ ਇਨਟੇਕ ਹੈ ਉਹ ਉਹਨਾਂ ਨੂੰ ਵੀ ਨਹੀਂ ਮਿਲਣਾ ਸੋ ਜਿਨ੍ਹਾਂ ਨੇ ਸਤੰਬਰ ਤੱਕ ਅਪਲਾਈ ਕਰ ਲਿਆ ਉਹਨਾਂ ਨੂੰ ਵਰਕ ਪਰਮਿਟ ਮਿਲਣਾ ਹੈ ਉਹਨਾਂ ਦੇ ਸਪਾਊਸ ਨੂੰ ਮਿਲਣਾ ਹੈ ਸਤੰਬਰ 24 ਤੋਂ ਬਾਅਦ ਕਿਸੇ ਨੂੰ ਵਰਕ ਪਰਮਿਟ ਨਹੀਂ ਮਿਲਣਾ ਅੱਛਾ ਸਤੰਬਰ 24 ਤੱਕ ਹਲੇ ਹੈਗਾ ਕਿ ਜੇ ਕੋਈ ਚਾਹਵਣ ਹੈਗਾ ਸਤੰਬਰ 24 ਤੱਕ ਕੋਸ਼ਿਸ਼ ਕਰ ਸਕਦਾ ਹੈ ਉਸ ਤੋਂ ਬਾਅਦ ਕਾਟਾ ਫਿਰ ਜੂਗਾ ਵੀ ਨਾਲ ਮੁੰਡੇ ਦੇ ਨਾਲ ਕੁੜੀ ਨਹੀਂ ਜਾ ਸਕਦੀ ਕੁੜੀ ਦੇ ਨਾਲ ਮੁੰਡਾ ਨਹੀਂ ਜਾ ਸਕਦਾ ਤੇ ਜਿਹਨੇ ਜਾਣਾ ਵੀ ਆ ਇਕੱਲਾ ਜਾ ਕੇ ਪੜ੍ਹਾਈ ਕਰੂਗਾ ਪੜੂਗਾ ਉਹਨੂੰ ਵਰਕ ਪਰਮਿਟ ਨਹੀਂ ਮਿਲਣਾ ਥੋੜਾ ਜਿਹਾ ਫਰਕ ਆ ਗਿਆ ਸਤੰਬਰ ਇਨਟੇਕ ਪਿਛਲੇ ਸਾਲ ਨਵੰਬਰ ਦਸੰਬਰ ਚ ਫੁੱਲ ਹੋ ਗਿਆ ਕੋਈ 100 200 ਕਿਤੇ ਗਲਤੀ ਨਾਲ ਸੀਟ ਬਚੀ ਹੋਈ ਫਿਰ ਉਸ ਤੋਂ ਬਾਅਦ ਕੀ ਹੋਇਆ ਜਿਹੜਾ ਮੇਨ ਕਾਲਜ ਸੀ ਉਹਨਾਂ ਨੇ ਚਾਰ ਚਾਰ ਕਮਰੇ ਧਾਰੇ ਲੈ ਕੇ ਤੇ ਉੱਥੇ ਕਾਲਜ ਖੋਲ੍ਹਿਆ ਜਦੋਂ ਉਧਰ ਦੇ ਐਜੂਕੇਸ਼ਨ ਮਿਨਿਸਟਰਾਂ ਨੇ ਦੇਖਿਆ ਐਜੂਕੇਸ਼ਨ ਡਿਪਾਰਟਮੈਂਟ ਨੇ ਦੇਖਿਆ ਵੀ ਆ ਕਿ ਖਲੇਰਾ ਚੱਲ ਗਿਆ ਫਿਰ ਉਥੇ ਸਟੂਡੈਂਟਸ ਨਾਲੇ ਦਿੱਕਤ ਆਈ ਕਿ 4-400 ਸਟੂਡੈਂਟ ਪ੍ਰਤੀ ਕਰ ਲੈ ਕਰਨ ਤੋਂ ਬਾਅਦ ਆਨਲਾਈਨ ਕਲਾਸਾਂ ਲਾਤੀਆਂ ਕਿ ਵੀਡੀਓ ਵੇਖ ਲਓ ਤੇ ਪੜ੍ਹ ਲਓ ਤੇ ਆਹ ਕਿਤਾਬ ਵੇਖ ਲਓ ਉਥੇ ਸਟੂਡੈਂਟਸ ਨੇ ਪ੍ਰੋਟੈਸਟ ਕੀਤਾ ਵੀ ਆਹ ਕੀ ਡਰਾਮ ਹੈ ਸਾਡੇ ਕੋਲ 30-30 ਲੱਖ ਰੁਪਏ ਫੀਸ ਲੈ ਕੇ ਜੇ ਅਸੀਂ ਵੀਡੀਓ ਹੀ ਦੇਖਣੀ ਸੀ ਤੇ ਘਰ ਬਹਿ ਕੇ ਦੇਖ ਲੈਂਦੇ ਸੋ ਉਹ ਪ੍ਰੋਟੈਸਟ ਹੋਇਆ ਉਥੇ ਕਹਿਣ ਦਾ ਭਾਵ ਇਹ ਹੈ ਕਿ ਜਿਹੜੇ ਵੀ ਸਤੰਬਰ ਇਨਟੇਕ ਦੇ ਬੱਚੇ ਗਏ ਨੇ ਉਹਨਾਂ ਨੂੰ ਵੀ ਰਿਸਕ ਹੈ ਬਟ ਸਤੰਬਰ ਤੋਂ ਬਾਅਦ ਜਿਹੜੇ ਅਕਤੂਬਰ ਚ ਜਾਣਗੇ ਉਹ ਤੇ ਭੁੱਲ ਹੀ ਜਾਣ ਕਿ ਉਹਨਾਂ ਨੂੰ ਗਲਤੀ ਨਾਲ ਵੀ ਵਰਕ ਪਰਮਿਟ ਮਿਲੇਗਾ ਅੱਜ ਦੀ ਪਾਲਿਸੀ ਦੇ ਹਿਸਾਬ ਨਾਲ ਕੱਲ ਖੋਲ ਦੇਣ ਮੈਨੂੰ ਪਤਾ ਨਹੀਂ ਪਰ ਨਹੀਂ ਖੋਲਣਗੇ ਅਗਲੇ 3 ਸਾਲ ਮਿਨਿਮਮ 2 ਸਾਲ ਅਗਲੇ 3 ਸਾਲ ਤੱਕ ਇਹ ਬੈਨ ਹੈਗਾ ਯਾਨੀ ਹੁਣ ਪਲੱਸ 2 ਵਾਲਾ ਉਹ ਸਪਾਊਸ ਵਾਲੀ ਗੱਲ ਕਾਟਾ ਮਾਰ ਦਿਓ ਉਹ ਹੁਣ ਭੁੱਲ ਜਾਓ ਸਪਾਊਸ ਪਲੱਸ 2 ਵਾਲੇ ਬੱਚੇ ਦੇ ਨਾਲ ਉਹ ਕਾਟਾ ਮਾਰ ਦਿਓ ਦੂਜਾ ਉਹਨੂੰ ਵਰਕ ਪਰਮਿਟ ਵਾਲੀ ਗੱਲ ਭੁੱਲ ਜੋ ਕੱਲਾ ਪੜਾਉਣ ਵਾਸਤੇ ਬੱਚਾ ਭੇਜਣਾ ਤਾਂ ਪਲੱਸ 2 ਵਾਲਾ ਤੁਸੀਂ ਭੇਜ ਸਕਦੇ ਆ ਹੁਣ ਦੂਜੇ ਵਾਪਸ ਸਟੈਪ ਤੇ ਚੱਲਦੇ ਆ ਕੌਣ ਜਿਹੜੇ ਨੇ ਜਾ ਸਕਦੇ ਨੇ ਕਿਹਨੂੰ ਵੀਜ਼ਾ ਮਿਲੂਗਾ ਹੁਣ ਉਹਦੇ 'ਚ ਵੀ ਜਿਹੜੇ ਪਲੱਸ 2 ਵਾਲੇ ਕੱਲੇ ਪੜਨ ਜਾਣ ਵਾਲੇ ਬੱਚੇ ਉਹਦੇ 'ਚ ਵੀ ਵੀਜ਼ੇ ਦੀ ਰੇਸ਼ੋ 100 ਪਿਛੇ 1 ਜਾਂ 2 ਹੋਏਗੀ ਇਹ ਯਾਦ ਰੱਖਣਾ ਮੇਰੀ ਗੱਲ ਔਰ ਉਹ ਵੀ ਗਵਰਨਮੈਂਟ ਕਾਲਜਿਸ ਜਿਹੜੇ ਹੋਣਗੇ ਔਰ ਬਿਲਕੁਲ ਤੁਹਾਡਾ ਪਿਛਲਾ ਪ੍ਰੋਫਾਈਲ ਵੈਰੀਫਾਈ ਕਰਕੇ 100 'ਚ 1 ਜਾਂ 2 ਵੀਜ਼ੇ ਮਿਲਨੇ ਆ ਇਹ ਤੇ ਉਹ ਨਾ ਸੋਚ ਲੈਣ ਕਿ ਸ਼ੈਲ ਸੋਚ ਨੂੰ ਨੀ 98 ਮਿਲ ਜਾਣੇ ਕੁੱਲ ਮਲਾ ਕੇ ਉਹ ਪੈਨੂੰ ਨਾ ਕਰਦੀਏ ਕਿਉਂਕਿ ਆਪਣੇ ਕੋਈ ਪੜ੍ਹਾਈ ਵਾਲੇ ਤਾਂ ਕੱਲੇ ਵਾਲੇ ਜਾਂਦੇ ਹੀ ਨਹੀਂ ਚਾਹੇ ਛੋਟਾ ਚਾਹੇ ਵੱਡੇ ਕਰਦਾ ਉਹ ਮੈਨੂੰ ਨਹੀਂ ਲੱਗਦਾ ਕਿ ਬੇਸ਼ੱਕ 1 ਦਾ ਪਰਸੈਂਟ ਲੋਕ ਹੋਣ ਵੀ ਪਰ ਉਹਨਾਂ ਦਾ ਟਾਰਗੇਟ ਕੁਝ ਹੋ ਰਹੀ ਹੁੰਦਾ ਹੈ ਕਿ ਬੱਚਾ ਸੈੱਟ ਕਰਨਾ ਹੈ ਉਹ ਪੜ੍ਹਾਈ ਵਾਲਾ ਕਾਟਾ ਮਾਰਦੀ ਹੈ ਪਲੱਸ 2 ਵਾਲਾ ਤਾਂ ਹੁਣ ਕਿੰਨਾਂ ਨੂੰ ਉਹਨਾਂ ਨੇ ਸਰਕਾਰ ਨੇ ਕਿਹਾ ਤਾਂ ਵੀ ਹੁਣ ਆਪ ਬੱਚਾ ਦਾ ਅਸੀਂ ਵੀਜ਼ਾ ਵੀ ਦੇਵਾਂਗੇ ਇਹਦੇ ਨਾਲ ਸਪਾਊਸ ਵੀ ਆਊਗਾ ਤੇ ਇਹ ਇਹਨੂੰ ਵਰਕ ਪਰਮਿਟ ਵੀ ਮਿਲੂਗਾ ਉਹਦੇ ਲਈ ਉਹਨਾਂ ਨੇ ਕੀ ਕ੍ਰਾਈਟੇਰੀਆ ਰੱਖਿਆ ਮਿਨਿਮਮ ਗ੍ਰੈਜੂਏਟ ਇੰਡੀਆ ਮੋ ਇੱਕ ਇੱਥੇ ਇੱਕ ਤਕਲੀਫ ਹੋਣੀ ਹੈ ਇੰਡੀਆ ਦੀ ਗ੍ਰੈਜੂਏਸ਼ਨ 3 ਸਾਲ ਦੀ ਹੈ ਜਦ ਤੱਕ ਉਹਨੇ ਵੈਸ ਕਰਾਣੀ ਹੈ ਵਰਡ এডਿਊਕੇਸ਼ਨ ਸਰਵਿਸ ਜਾਂ ਨੂੰ ਟਰਾਂਸਕ੍ਰਿਪਟ ਕਰਾਉਣਾ ਹੈ ਉੱਥੇ ਉਹਦੀ ਗ੍ਰੈਜੂਏਸ਼ਨ ਵੈਲਿਡਿਟੀ ਨਹੀਂ ਹੋਣੀ ਬੀਏ 3 ਸਾਲ ਦੀ ਹੈ ਬੀਬੀਏ 3 ਸਾਲ ਦੀ ਹੈ ਉਧਰ ਡਿਗਰੀ 4 ਸਾਲ ਦੀ ਹੈ ਤੁਹਾਡੀ ਉਹ ਗ੍ਰੈਜੂਏਸ਼ਨ ਜਿਨ੍ਹਾਂ ਦੀ ਉਧਰ ਵੈਲੀਡੇਟ ਹੋ ਜੇਗੀ ਗ੍ਰੈਜੂਏਸ਼ਨ ਫਰੋਮ ਵੈਸ ਉਹਦੀ ਟਰਾਂਸਕ੍ਰਿਪਟ ਹੋ ਜਾਏਗੀ ਤੇ ਤੁਹਾਡੀ ਇੱਧਰ ਦੀ ਗ੍ਰੈਜੂਏਸ਼ਨ ਐਕਸੈਪਟ ਹੋ ਜਾਏਗੀ ਜਿਹਦੀ এডਿਊਕੇਸ਼ਨ ਗ੍ਰੈਜੂਏਸ਼ਨ ਦੀ ਐਕਸੈਪਟ ਹੋ ਜਾਏਗੀ ਉਹ ਮਾਸਟਰ ਡਿਗਰੀ ਕਰਨ ਲਈ ਮਾਸਟਰ ਡਿਗਰੀ ਜਾਂ ਪੋਸਟ ਗ੍ਰੈਜੂਏਸ਼ਨ ਡਿਪਲੋਮਾ ਕਰਨ ਲਈ ਜਾਂ ਪੋਸਟ ਗ੍ਰੈਜੂਏਸ਼ਨ ਡਿਪਲੋਮਾ ਦੀ ਜਗ੍ਹਾ ਜਿਹੜੇ ਮਾਸਟਰ ਡਿਗਰੀ ਕੀਤੀ ਮਾਸਟਰ ਡਿਗਰੀ ਤੋਂ ਬਾਅਦ ਪੀ ਐਚ ਡੀ ਕਰਨ ਲਈ ਜਾਂ ਕੋਈ ਮੈਡੀਕਲ ਸਾਇੰਸ ਦੀ ਪੜਾਈ ਕਰਨ ਲਈ ਇਹਨਾਂ ਬੰਦਿਆਂ ਨੂੰ ਵੀਜ਼ਾ ਮਿਲੇਗਾ ਔਰ ਉਹਨਾਂ ਦੇ ਸਪਾਊਸ ਨੂੰ ਉਹਦੇ ਨਾਲ ਮਿਲੇਗਾ ਉਹਦੇ ਤੇ ਕੁਝ ਕੰਡੀਸ਼ਨਸ ਹੋਣਗੀਆਂ ਉਹਨਾਂ ਨੂੰ ਵਰਕ ਪਰਮਿਟ ਵੀ ਮਿਲੇਗਾ ਉਹਨਾਂ ਨੂੰ ਵਰਕ ਪਰਮਿਟ ਵੀ ਮਿਲੇਗਾ ਉਹਨਾਂ ਨੂੰ ਉੱਥੇ ਜੋ ਵੀ ਰਹਿਣ ਦੇ ਅਧਿਕਾਰ ਨੇ ਸਭ ਕੁਝ ਮਿਲੇਗਾ ਕਿਉਂਕਿ ਹੁਣ ਉਹਨਾਂ ਨੇ ਆਪਣੀ ਇਕਨੋਮੀ ਨੂੰ ਸੁਧਾਰਨਾ ਹੈ ਜਿਹੜਾ ਉੱਥੇ ਰੇਟ ਓਵਰ ਵੱਧ ਗਏ ਨੇ inflation ਆਂ ਦਾ ਡਰ ਹੁੰਦਾ ਭਾਜੀ ਜਦੋਂ ਮਹਿੰਗਾਈ ਬਹੁਤ ਜ਼ਿਆਦਾ ਵਾਜੇ ਕੰਟਰੋਲ ਚੋਂ ਬਾਹਰ ਜਾਣੇ ਸ਼ੁਰੂ ਹੋ ਜੇ ਤੇ inflation ਆ ਜਾਂਦੀ ਹੈ inflation ਮਤਲਬ ਬਾਇੰਗ ਪਾਵਰ ਘਟ ਜਾਂਦੀ ਹੈ ਜਿਨ੍ਹਾਂ ਨੂੰ ਉਹ ਪੈਨਸ਼ਨ ਦੇ ਰਹੇ ਨੇ ਉਹ 2000 ਦੇ ਰਹੇ ਨੇ ਖਰਚੇ ਉਹਨਾਂ ਦੇ 3500 ਤੇ ਹੋ ਗਏ ਸਰਕਾਰ ਤੇ ਬੋਝ ਪੈ ਗਿਆ ਨਾ 1500 ਵਾਧ ਦਾ ਸੋ ਉਸ ਚੱਕਰ ਚ ਸਰਕਾਰਾਂ ਨੇ ਬੜੇ ਇਕਨੋਮਿਕਸ ਦੇਖਣੇ ਨੇ ਕਿ ਆਪਣੇ ਕੰਟਰੀ ਦਾ ਬੈਲੈਂਸ ਬਣਿਆ ਰਵੇ ਜਿਹੜੀ ਟਿਕਟ ਅੱਜ ਤੋਂ ਪਹਿਲਾਂ 35-40000 ਰੁਪਏ ਦੀ ਹੁੰਦੀ ਸੀ ਕੋਰੋਨਾ ਤੋਂ ਪਹਿਲਾਂ ਅੱਜ ਸਵਾ ਤੋਂ ਡੇਢ ਲੱਖ ਰੁਪਏ ਦੀ ਟਿਕਟ ਹੋ ਗਈ ਹੈ ਜਾਂਦੀ ਇਹ ਤੁਹਾਡਾ ਮੈਂ ਇੱਕ ਚੀਜ਼ ਤਕਲੀਰ ਹੋ ਗਈ ਕਿ ਹੁਣ ਪਲੱਸ 2 ਵਾਲਾ ਕਾਟਾ ਮਾਰ ਦੋ ਹੁਣ ਜੇ ਬਾਹਰ ਤੁਸੀਂ ਬੱਚਾ ਭੇਜਣਾ ਤਾਂ ਉਹਦੀ ਗ੍ਰੈਜੂਏਸ਼ਨ ਹੋਣੀ ਚਾਹੀਦੀ ਹੈ ਉੱਥੇ ਮੈ ਆਉਣਾ ਉੱਥੇ ਆਉਣਾ ਜੀ ਗ੍ਰੈਜੂਏਸ਼ਨ ਹੋਣੀ ਚਾਹੀਦੀ ਹੈ ਗ੍ਰੈਜੂਏਸ਼ਨ ਵਾਲੇ ਬੱਚੇ ਹੁਣ ਉਹ ਆਈਲਟਸ ਵੀ ਕਰਨਗੇ ਉਸੇ ਤਰ੍ਹਾਂ ਸਪਾਊਸ ਦੇ ਨਾਲ ਗ੍ਰੈਜੂਏਟ ਬੱਚਾ ਯਾਨੀ ਬੀਏ ਪਾਸ ਬੱਚਾ ਜਾ ਸਕੇਗਾ ਬੀਏ ਲੈਵਲ ਦਾ ਕੋਈ ਵੀ ਜਿਹੜਾ ਹੈਗਾ ਉਹਦੀ ਡਿਗਰੀ ਹੋ ਸਕਦੀ ਹੈ ਕੋਈ ਵੀ ਕੋਰਸ ਹੋ ਸਕਦਾ ਤਾਂ ਉਹ ਨੂੰ ਜਾ ਕੇ ਉੱਥੇ ਵਰਕ ਪਰਮਿਟ ਮਿਲੇਗਾ ਪਲੱਸ 2 ਵਾਲਾ ਕੰਮ ਤੇ ਹੁਣ ਕਾਟਾ ਵੱਜ ਗਿਆ ਹੁਣ ਏਵੈਲੂਏਸ਼ਨ ਵਾਲੇ ਪਾਸੇ ਆਓ ਕਿਉਂ ਤੁਸੀਂ ਕਿਵੇਂ ਹੁਣ ਉਹ ਮੇਰੇ ਵਰਗੇ ਘੱਟ ਪੜੇ ਨੂੰ ਤੋਂ ਬਾਲਾ ਪਤਾ ਨਹੀਂ ਕਿ ਇੱਥੋਂ ਵਾਲੀ ਬੀਏ 3 ਸਾਲ ਦੀ ਬਾਹਰਲੀ 4 ਸਾਲ ਵਾਲੀ ਨਾਲ ਹੁਣ ਕਿਵੇਂ ਜੋੜਾਂਗੇ ਨਹੀਂ ਜੁੜਨੀ ਨਹੀਂ ਫਿਰ ਅਸੀਂ ਕਿਵੇਂ ਅਪਲਾਈ ਕਿਵੇਂ ਹੋਣਾ ਹੈ ਉਹ ਵੀ ਦੱਸੋ ਫਿਰ ਤੁਸੀਂ ਗ੍ਰੈਜੂਏਟ ਵੀ ਇੱਕ ਪਾਸੇ ਕਹਤਾ ਅਪਲਾਈ ਕਰ ਲਓ ਦੂਜੇ ਪਾਸੇ ਕਹਤਾ ਤੁਹਾਡਾ ਤਾਂ ਇੱਕ ਸਾਲ ਘਟਦਾ ਮੈਂ ਉਹੀ ਕਹਿਣਾ ਪਿਆ ਕਿ ਉਹਨਾਂ ਦੀ ਇਕੁਇਲੈਂਸੀ ਸਾਨੂੰ ਮਿਲਾਉਣੀ ਪੈਗੀ ਕਿੱਦਾਂ ਮਿਲਣੀ ਉਹ ਉਹ ਚੀਜ਼ਾਂ ਦੇਖਣੀਆਂ ਪੈਣਗੀਆਂ ਕਿ ਇੱਥੇ ਬੱਚੇ ਨੇ ਕੀ ਕੀਤਾ ਉਸ ਤੋਂ ਬਾਅਦ ਉਹਨੇ ਕਿਹੜਾ ਡਿਪਲੋਮਾ ਕੀਤਾ ਉਹ ਦੋਨਾਂ ਨੂੰ ਮਿਲਾ ਕੇ ਬਣਦੀ ਹੈ ਕਿ ਉਹਨੂੰ 4 ਸਾਲ ਵਾਲੀ ਡਿਗਰੀ ਹੀ ਕਰਨੀ ਪੈਣੀ ਹੈ ਉਹ ਦੇਖਣੀਆਂ ਪੈਣਗੀਆਂ ਨੇ ਤੇ ਤਾਂ ਕਈ ਕੋਰਸ ਹੈਗੇ ਜਿਹੜੇ 4 ਸਾਲ ਦੇ ਅੰਦਰ ਵੀ ਬੀ ਟੈਕ ਜਿਵੇਂ ਆ ਉਸ ਪਾਸੇ ਜਾਣਾ ਪਊਗਾ ਹਾਂ ਉਹੋ ਜੇ ਪਾਸੇ ਬੱਚਿਆਂ ਨੂੰ ਟੈਕਨੀਕਲ ਗ੍ਰੈਜੂਏਸ਼ਨ ਵਾਲਾ ਜਾਣਾ ਪਏਗਾ ਸਿੰਪਲ ਬੀਏ ਵਾਲੇ ਨੂੰ ਨਹੀਂ ਫਿਰ ਕਨਸੀਡਰ ਕਰਨ ਕੀ ਦਾ ਮਤਲਬ ਹਲੇ ਇਹ ਮੇਰਾ ਆਪਣੀ ਸੋਚ ਹੈ ਕਿਉਂਕਿ ਉੱਥੇ 4 ਸਾਲ ਵਾਲੀ ਡਿਗਰੀ ਨੂੰ ਡਿਗਰੀ ਮੰਨਦੇ 3 ਸਾਲ ਵਾਲੀ ਨੂੰ ਨਹੀਂ ਮੰਨਦੇ ਯਾਰ 3 ਸਾਲ ਦੇ ਨਾਲ ਕੋਈ ਹੋਰ ਐਡ-ਆਨ ਕੋਰਸ ਕਰ ਸਕਦਾ ਉਹ ਫਿਰ ਉੱਥੋਂ ਦੀ ਜਿਹੜੀ ਸਰਕਾਰ ਹੈ ਜਿੱਥੇ ਵੈਸਟ ਕਰਦੀ ਹੈ ਜਿਹੜੀ ਉਹ ਦੱਸੇਗੀ ਨਾ ਵੀ ਇਹਦੇ ਨਾਲ ਤੁਸੀਂ ਕੀ ਐਡ ਕਰੋਗੇ ਤੇ ਤੁਹਾਡੀ ਡਿਗਰੀ ਅਸੀਂ ਮੰਨ ਲਾਂਗੇ ਉਹ ਜਿੱਦਾ ਅੱਗੇ ਜਾ ਕੇ ਕਲੀਅਰ ਹੋਣਗੀ ਆ ਹਾਂ ਜਿਵੇਂ ਮੈਂ ਹੁਣ ਆਪਣੀਆਂ ਕੁਆਲਿਫਿਕੇਸ਼ਨਾਂ ਅਪਰੂਵ ਕਰਾਈਆਂ ਸੀ ਸਾਰੀਆਂ ਤੇ ਮੇਰੇ ਇਕੱਲੇ-ਇਕੱਲੇ ਇਥੋਂ ਟਰਾਂਸਕ੍ਰਿਪਟ ਗਏ ਜਾਂ ਜਿਹਨੂੰ ਆਪਾਂ ਕਹਿੰਦੇ ਆ ਉਹ ਜਾ ਕੇ ਉੱਥੋਂ ਡਬਲਯੂਐਸ ਤੋਂ ਹੋ ਕੇ ਅਪਰੂਵ ਮੇਰੀ ਗ੍ਰੈਜੂਏਸ਼ਨ ਪੋਸਟ ਗ੍ਰੈਜੂਏਸ਼ਨ ਸਾਰੀ ਮੰਨੀ ਗਈ ਹੈ ਹੁਣ ਮੈਂ ਪੀਐਚਡੀ ਕਰ ਰਿਹਾ ਮੇਰੀ ਪੀਐਚਡੀ ਮੰਨੀ ਜਾਏਗੀ ਉਹ ਮੈਂ ਇਧਰੋਂ ਉਹਦੀ ਵੈਸਟ ਕਰਾ ਕੇ ਉੱਥੇ ਭੇਜਾਂਗਾ ਉੱਥੇ ਜਾ ਕੇ ਉਹ ਵੈਲੀਡੇਟ ਹੋਣਗੀਆਂ ਉਹ ਜਿਹੜੀ ਵੈਲੀਡੇਟਡ ਡਿਗਰੀ ਹੈ ਉਹਦੇ ਬੇਸ ਦੇ ਉੱਤੇ ਤੁਹਾਨੂੰ ਅਗਲੀ ਜਿਹੜੀ ਸੀਟ ਮਿਲਣੀ ਹੈ ਕਿਉਂਕਿ ਕਾਲਜ ਦੇ ਪ੍ਰੋਸਪੈਕਟਸ ਵਿੱਚ ਤੁਹਾਨੂੰ ਮਿਨਿਮਮ ਕੁਆਲਿਫਿਕੇਸ਼ਨ ਤੇ ਉਹਦੇ ਸਬਜੈਕਟ ਤੇ ਉਹਦੇ ਨੰਬਰ ਆਫ ਆਰਸ ਜਿਹਨੂੰ ਉਧਰ ਦੀ ਭਾਸ਼ਾ 'ਚ ਕ੍ਰੈਡਿਟ ਕਹਿੰਦੇ ਆ ਹੁਣ ਮੇਰਾ ਆਪਣਾ ਇੱਕ ਬੱਚਾ ਗਿਆ ਹੈ ਬਾਹਰ ਪੜ੍ਹੇਵਾ ਮੇਰਾ ਉਹਨੇ ਯੂਐਸ ਦੇ ਇੱਕ ਕਾਲਜ 'ਚ ਸਟੱਡੀ ਕੀਤੀ 6 ਮਹੀਨੇ ਦੀ ਹੁਣ ਉਹਦੇ ਉਹ ਬਲੇ ਕ੍ਰੈਡਿਟ ਵੀ ਜਿਹੜੇ ਨਵੇਂ ਲਾਸ ਐਂਜਲਿਸ ਕਾਲਜ 'ਚ ਟ੍ਰਾਂਸਫਰ ਹੋਇਆ ਉੱਥੇ ਉਹ ਵੀ ਨਹੀਂ ਮੰਨੇਗਾ ਯੂਐਸ ਤੋਂ ਯੂਐਸ ਨਹੀਂ ਮੰਨੇਗਾ ਤੇ ਇੰਡੀਆ ਤੋਂ ਉਧਰ ਦੀ ਪੜ੍ਹਾਈ ਜਿੱਥੇ ਤੱਕ ਤੁਸੀਂ ਆਇਲਸ ਦੀ ਗੱਲ ਕੀਤੀ ਜਿਹੜੇ ਬੱਚੇ ਟੈਕਨੀਕਲ ਗ੍ਰੈਜੂਏਸ਼ਨਾਂ ਕਰਦੇ ਨੇ ਉਹਨਾਂ ਦੇ ਮੀਡੀਅਮ ਆਫ ਇਨਸਟ੍ਰਕਸ਼ਨ 99% ਇੰਗਲਿਸ਼ ਹੁੰਦੀ ਹੈ ਜਦੋਂ ਉਹ ਐਵਲਾ ਸਰਟੀਫਿਕੇਟ ਵੀ ਆਪਣੀ ਯੂਨੀਵਰਸਿਟੀ ਤੇ ਕਾਲਜ ਕੋਲ ਲੈ ਜਾਂਦੇ ਨੇ ਉਹਨਾਂ ਨੂੰ ਆਇਲਸਟ੍ਰੀਮ ਮਾਫ ਹੋ ਸਕਦੀ ਹੈ ਅੱਛਾ ਯੈਸ ਅੱਛਾ ਹੁਣ ਇੱਕ ਚੀਜ਼ ਹੋਰ ਸਮਝਾਓ ਕਿ ਇਹ ਸਾਡੇ ਤਾਂ ਕਲੀਅਰ ਹੋ ਗਿਆ ਕਿ ਇਹ ਬੱਚੇ ਤਾਂ ਜਾ ਸਕਣਗੇ ਇਹ ਨਹੀਂ ਜਾ ਸਕਣਗੇ ਇੱਕ ਚੀਜ਼ ਹੋਰ ਸਪਸ਼ਟ ਕਰੋ ਕਿ ਜਦੋਂ ਹੁਣ ਇਹ ਜਿਹੜਾ ਗ੍ਰੈਜੂਏਟ ਵਾਲਾ ਹੈਗਾ ਇਹਨੂੰ ਕਦੋਂ ਤੋਂ ਮੰਨਿਆ ਜਾਵੇ ਕਿ ਵੀ ਹੁਣ ਇਹ ਕਦੋਂ ਲਾਗੂ ਹੋ ਜਾਣਾ ਅੱਜ ਦੀ ਘੜੀ ਤੱਕ ਹਲੇ ਉਹ ਪਲੱਸ 2 ਵਾਲਾ ਚੱਲ ਰਿਹਾ ਤੁਸੀਂ ਕਹਿੰਦੇ ਸਤੰਬਰ 24 ਤੱਕ ਉਹ ਕਦੋਂ ਤੋਂ ਜਿਹੜਾ ਹੈਗਾ ਨਵਾਂ ਰੂਲ ਜਿਹੜਾ ਉਹ ਲਾਗੂ ਹੋਣਾ 19 ਦਿਨ ਤੱਕ ਰੈਲੈਕਸ ਨਹੀਂ ਲਾਗੂ ਹੋ ਗਿਆ ਰੂਲ ਕਿਉਂਕਿ ਸਤੰਬਰ ਇਨਟੇਕ ਫੁੱਲ ਹੋ ਚੁੱਕੀ ਹੈ ਜਿਹੜੀ ਸਤੰਬਰ ਇਨਟੇਕ ਸੀ ਨਾ ਉਹ ਪਿਛਲੇ ਸਾਲ ਤੁਹਾਨੂੰ ਦੱਸਿਆ ਅਕਤੂਬਰ ਨਵੰਬਰ 24 ਤੱਕ ਕਲੀਅਰ ਹੋਣਾ ਉਹ ਜੋ ਵੀ ਤੁਹਾਨੂੰ ਜਾਣੇ ਸ਼ੁਰੂ ਹੋਣੇ ਬੱਚੇ ਕਿਉਂਕਿ ਜਿੰਨ ਤੁਹਾਡੀ ਡੇਟ ਆਫ ਜੁਆਇਨਿੰਗ ਹੈ ਉੱਥੇ ਉਸ ਤੋਂ 1 ਮਹੀਨਾ ਪਹਿਲਾਂ ਤੁਸੀਂ ਫਲਾਈ ਕਰ ਸਕਦੇ ਹੋ ਉਸ ਤੋਂ 6 ਮਹੀਨੇ ਪਹਿਲਾਂ ਫਲਾਈ ਨਹੀਂ ਕਰ ਸਕਦੇ ਤੇ ਜਦੋਂ 1 ਮਹੀਨਾ ਪਹਿਲਾਂ ਫਲਾਈ ਕਰਨਾ ਮੀਨ ਜ ਸਤੰਬਰ ਤੋਂ ਤੁਸੀਂ ਉੱਥੇ ਆਪਣੇ ਕਾਲਜ ਜੁਆਇਨ ਕਰਨੇ ਆ ਤੇ ਸਤੰਬਰ ਵਾਸਤੇ ਤੁਸੀਂ ਅਗਸਤ ਵਿੱਚ ਜਾਓਗੇ ਅਗਸਤ ਵਿੱਚ ਐਂਟਰ ਕਰੋਗੇ ਜਾ ਕੇ ਆਪਣੇ ਡਾਕੂਮੈਂਟ ਬਣਾਓਗੇ ਉਹ ਤੁਹਾਨੂੰ ਡਾਕੂਮੈਂਟ ਮਿਲ ਜਾਣਗੇ ਫਿਰ ਉਸ ਤੋਂ ਬਾਅਦ ਤੁਸੀਂ ਅੱਗੇ ਜਾਓਗੇ ਪਰ ਗ੍ਰੈਜੂਏਸ਼ਨ ਵਾਲਾ ਚੀਜ਼ ਅੱਜ ਤੋਂ ਲਾਗੂ ਹੋ ਚੁੱਕੀ ਔਰ ਮਤਲਬ ਮੈਂ ਤੁਹਾਨੂੰ ਦੱਸ ਰਿਹਾ ਕਿ ਪਿਛਲੇ ਜੇ 4 ਸਾਲ ਦਾ ਆਕੜਾ ਦੇਖੀਏ ਤੇ 9-9 ਲੱਖ ਬੱਚਾ 10-10 ਲੱਖ ਬੱਚਾ ਈਚ ਈਅਰ ਇੱਥੋਂ ਗਿਆ ਤੇ ਇੱਕ ਬੱਚੇ ਦੀ ਇੱਕ ਸੈਮੈਸਟਰ ਦੀ ਫੀਸ ਐਵਰੇਜ 20 ਲੱਖ ਹੈ ਤੇ ਗੁਣਾ ਆਪੇ ਦਰਸ਼ਕ ਸਾਡੇ ਬੜੇ ਸਿਆਣੇ ਆ 9 ਲੱਖ ਨੂੰ 20 ਲੱਖ ਨਾਲ ਗੁਣਾ ਕਰ ਲੋ ਵੀ ਕਿੰਨੇ ਅਰਬ ਰੁਪਈਆ ਸਾਡਾ ਇੰਡੀਆ ਚੋਂ ਬਾਹਰ ਗਿਆ ਉਹ ਕਿਦੋਂ ਵਾਪਸ ਆਉਣਾ ਹੈ ਆਉਣਾ ਵੀ ਕਿ ਨਹੀਂ ਆਉਣਾ अच्छा ਜਿਵੇਂ ਇਹ ਤੁਸੀਂ ਅਸੀਂ ਪਹਿਲਾਂ ਸਾਡੇ ਜੋ ਟਾਰਗੇਟ ਸੀਗਾ ਕਿ ਗ੍ਰੈਜੂਏਸ਼ਨ ਜਿਹੜੇ ਗ੍ਰੈਜੂਏਟ ਕਾਲਜ ਆ ਉਹ ਵੀ ਤਕਰੀਬਨ ਬੰਦ ਹੋਣ ਜਿੰਦਰੇ ਲੱਗੇ ਸੀ ਬਾਹਲਿਆਂ ਨੂੰ ਤਾਂ ਮੈਨੂੰ ਲੱਗਦਾ ਜਦੋਂ ਅਸੀਂ ਪੜੇ ਆ ਉਹ ਤੋਂ ਬਾਅਦ ਕੰਮ ਨਿਬੜਨਾ ਸ਼ੁਰੂ ਹੋ ਗਿਆ ਜਿਹੜਾ ਇਹ ਡਿਸੀਜਨ ਹੈ ਇਹਨੂੰ ਕਿਵੇਂ ਦੇਖਦੇ ਹੋ ਤੁਸੀਂ ਕਿ ਪਲੱਸ 2 ਵਾਲਾ ਇੱਕ ਕੱਚੀ ਮਿੱਟੀ ਵਰਗਾ ਬੱਚਾ ਹੁੰਦਾ ਉਹਨੂੰ ਆਪਾਂ ਜੱਜ ਚੜਾਈਏ ਜਿਹਨੂੰ ਕਦੇ ਨਾਨਕੀ ਨਹੀਂ ਸੀ ਜਵਾਗ ਨੂੰ ਕੱਲਾ ਭੇਜ ਦੇ ਉਹਨੂੰ ਸਾਡੇ ਹਾਂ ਫਿਰ ਦੇ ਗੁਰਦਵਾਰਿਆਂ ਇਕੱਲਾ ਭੇਜੇ ਸੀ ਹਾਂ ਸਾਡੇ ਪਿੰਡ ਵਾਲਿਆਂ ਸਾਡੇ ਲੋਕਾਂ ਨੇ ਸਾਡੇ ਪੰਜਾਬ ਦੇ ਲੋਕਾਂ ਨੇ ਉਹਨਾਂ ਜਵਕ ਨੂੰ ਕੈਨੇਡਾ ਭੇਜਤਾ ਚਾਹੇ ਉਹਦਾ ਕੋਈ ਉੱਥੇ ਹੈਗਾ ਚਾਹੇ ਨਹੀਂ ਹੈਗਾ ਤੇ ਹੁਣ ਬੀਏ ਵਾਲੇ ਬੱਚੇ ਜਾਣਗੇ ਪਹਿਲਾਂ ਤਾਂ ਇਸ ਫਰ ਜਿਹੜੀ ਤਬਦੀਲੀ ਆ ਇਹਨੂੰ ਅਸੀਂ ਨੈਗੇਟਿਵ ਮੰਨੀਏ ਕਿ ਪੋਜ਼ਿਟਿਵ ਮੰਨੀਏ ਮੈਂ ਇਹਨੂੰ ਬਹੁਤ ਪੋਜ਼ਿਟਿਵ ਮੰਨਦਾ ਕਿਉਂਕਿ ਗ੍ਰੈਜੂਏਸ਼ਨ ਕਰਕੇ ਬੱਚਾ ਕੁਝ ਮਸ਼ਹੂਰ ਹੋ ਜਾਂਦਾ ਭਾਜੀ 18 ਸਾਲ 19 ਸਾਲ ਦਾ ਬੱਚਾ ਉਤਸ਼ਾਹਿਤ ਹੁੰਦਾ ਸਾਨੂੰ ਨਹੀਂ ਸੀ ਸਮਝ ਵੀ ਇਹ ਦੁਨੀਆਦਾਰੀ ਕੀ ਚੀਜ਼ ਹੈ ਤੇ ਤਾਂ ਸਮੇ ਤੋਂ ਪਹਿਲਾਂ ਬੋਝ ਪੈਨਲ ਸਟ्रेस ਲੈਵਲ ਹੀ ਵੱਧਦਾ ਔਰ ਉੱਥੇ ਬੱਚੇ ਵਿਚਾਰੇ ਸੜਕਾਂ ਤੇ ਸੌਂਦੇ ਨੇ ਜਿਹੜੇ ਜਿਹੜੇ ਜਿਹਨੂੰ ਕਹਿੰਦੇ ਪੁਲ ਪੁਲਾਂ ਦੇ ਥੱਲੇ ਵਿਚਾਰੇ ਨੇ ਮੰਜੇ ਡਾਏ ਨੇ ਬੜਾ ਹੀ ਬੁਰਾ ਹਾਲ ਟੱਪਰੀ ਵਾਸੀ ਬਣੇ ਪਏ ਆ ਕਈ ਥਾਵਾਂ ਤੇ ਕਿਉਂਕਿ ਉਹਨਾਂ ਕੋਲ ਪੈਸੇ ਹੈ ਨਹੀਂ ਕਈ ਗੁਰਦੁਆਰਿਆਂ ਨੇ ਉੱਥੇ ਤਿੰਨ ਤਿੰਨ ਦਾ ਲੰਗਰ ਇੱਕ ਟਾਈਮ ਖਾਣਾ ਦੋ ਟਾਈਮ ਪੈਕ ਕਰਨਾ ਅਲਾਉਡ ਕੀਤਾ ਹੋਇਆ ਕਿ ਦੇ ਦਿਓ ਬੱਚਿਆਂ ਨੂੰ ਭੁੱਖਾ ਨਾ ਮਾਰੋ ਸੋ ਸਾਡੇ ਜਿੱਥੇ ਗੁਰਦੁਆਰਿਆਂ ਨੇ ਉੱਥੇ ਬੱਚੇ ਰੋਟੀ ਵੀ ਖਾ ਪਾ ਰਹੇ ਨੇ ਨੀਦ ਉਹਨਾਂ ਕੋਲ ਆਪਣੇ ਪੈਸੇ ਕਮਾ ਕੇ ਵੀਡੀਓਜ਼ ਦੇਖਿਆ ਕਰੋ ਰੋਜ਼ ਆਉਂਦੀਆਂ ਦੁਨੀਆ ਭਰ ਦੀਆਂ ਵੀਡੀਓਜ਼ ਆਉਂਦੀਆਂ ਔਰ ਕਈ ਬੱਚੇ ਤੇ ਗਲਤ ਕੰਮਾਂ 'ਚ ਵੀ ਵੜ ਗਏ ਨੇ ਮਜਬੂਰੀ ਹੈ ਔਰ ਬਹੁਤ ਔਖਾ ਹੋ ਗਿਆ ਉੱਥੇ ਜਾ ਕੇ ਸਰਵਾਈਵ ਕਰਨਾ ਦੇਖੋ ਇੰਡੀਆ ਵਰਗਾ ਸ਼ਹਿਰ ਹੈ ਚੰਡੀਗੜ੍ਹ ਆਪਾਂ ਰਹਿੰਦੇ ਆ ਤੁਸੀਂ ਚਲੋ ਆਪਾਂ ਖਰੜਮਹਾਲੀ ਚੰਡੀਗੜ੍ਹ ਕਿਤੇ ਵੀ ਰਹਿ ਲਓ ਮੈਂ ਕਹਿੰਦਾ ਬਿਨਾ ਕਿਸੇ ਰਿਸ਼ਤੇਦਾਰ ਦੇ ਸਾਰੇ ਆ ਕੇ ਵਿਖਾਓ ਇੱਕ ਦਿਨ ਗੁਰਦੁਆਰਾ ਰੱਖਦਾ ਤਿੰਨ ਦਿਨ ਰੱਖਦਾ ਚੌਥੇ ਉਹ ਵੀ 500 ਰੁਪਏ ਰਾਤ ਨੂੰ ਮੰਗਦੇ ਕਿ 500 ਰੁਪਏ ਦਿਓ ਜੀ ਕਮਰੇ ਸੌਣਾਂ ਦੇ ਤੁਜੇ ਤੁਸੀਂ ਹਾਲਚ ਸੋਨਾ ਦੇ ਉਹਦੇ ਵੀ 100 ਰੁਪਏ 20 ਰੁਪਏ ਫੀਸ ਰੱਖੀ ਐ ਤਾਂ ਕਿ ਲਓ ਤੇ ਕਦ ਤੱਕ ਦੇ ਪਾਉਗੇ ਔਰ ਟੱਪਰਵਾਸੀ ਦੀ ਜ਼ਿੰਦਗੀ ਕਦ ਤੱਕ ਜੀ ਪਾਉਗੇ ਅਸੀਂ ਕਿੰਨੇ ਅੰਮ੍ਰਿਤਸਰੋਂ ਇੱਥੇ ਆ ਕੇ ਸੋ ਕੇ ਦਖਾਂ ਦੂ ਰਾਤ ਪਰ ਸਾਡੇ ਤਾਂ ਸਾਡੇ ਤਾਂ ਨਿੱਕੇ ਨਿੱਕੀਆਂ ਕੁੜੀਆਂ ਵੀ ਅਸੀਂ ਜਾੜ ਚੜਾਤੀਆਂ ਮੈਨੂੰ ਲੱਗਦਾ ਪਿੰਡ ਚ ਕਿਤੇ ਨਿਗਾ ਮਾਰ ਲਓ ਪੰਜਾਬ ਚ ਹਰ ਘਰ ਦੇ ਵਿੱਚ ਤਕਰੀਬਨ ਮਿਨੀਮਮ ਘਰਾਂ ਦੇ ਵਿੱਚੋਂ ਜੜੀਆਂ ਗਈਆਂ ਕੁੜੀਆਂ ਮੁੰਡੇ ਬੱਚੇ 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 ਹੀ ਹੁੰਦੇ ਨੇ ਭਾਜੀ ਕੁੜੀ ਤੇ ਮੁੰਡਾ ਬਾਅਦ ਦੀ ਗੱਲ ਹੈ ਪਰ ਔਖਾ ਕੰਮ ਹੈ ਔਖਾ ਕੰਮ ਹੈ ਔਰ ਜਾ ਕੇ ਦੇਖੋ ਮੈਂ ਚੱਲਿਆ ਹੁਣ ਮੈਂ ਤੁਹਾਨੂੰ ਵੀਡੀਓ ਭੇਜੂਗਾ ਬਣਾ ਬਣਾ ਕੇ ਵੀ ਆ ਬੱਚੇ ਉੱਥੋਂ ਦੇ ਚਲਾਇਓ ਦੁਨੀਆ ਨੂੰ ਦਿਖੇ ਕਿ ਕੈਨੇਡਾ ਉਹਲਾ ਕੈਨੇਡਾ ਨਹੀਂ ਰਹਿ ਗਿਆ ਜਿਹੜਾ ਅਸੀਂ ਜਾ ਕੇ ਮਤਲਬ ਕੁਝ ਲੋ ਪ੍ਰੋਫਾਈਲ ਲੋਕਾਂ ਨੇ ਜਾ ਕੇ ਉੱਥੇ ਕੰਮ ਖਰਾਬ ਕੀਤਾ ਔਰ ਬਹੁਤ ਜਲਦੀ ਤੁਹਾਨੂੰ ਅਗਲੀ ਵੀ ਨਿਊਜ਼ ਆਏ ਆਈ ਲੋ ਛੇਤੀ ਇਹਨਾਂ ਦੇ ਉੱਤੇ ਸਕਰੂਟੀ ਸ਼ੁਰੂ ਹੋ ਗਈ ਹੈ ਇਹਨਾਂ ਬੱਚਿਆਂ ਨੇ ਜਿਹੜੇ ਜਿਹੜੇ ਵੀ ਇਹਦੇ ਚੋਂ ਗਲਤ ਤਰੀਕੇ ਨਾਲ ਗਏ ਨੇ ਉੱਥੇ ਜਾਂ ਕੋਈ ਗਲਤ ਹੈਗੇ ਨੇ ਇਹ ਜਿਹਨਾਂ ਦੇ ਇਥੇ ਇੰਡੀਆ ਚ ਕੇਸ ਨੇ ਉਹਨਾਂ ਨੇ ਹੁਣ ਬਹਨਨ ਲੱਭ ਕੇ ਉਹਨਾਂ ਨੂੰ ਡਿਪੋਰਟ ਕਰਨਾ ਹੈ ਉੱਥੇ ਕਿਉਂਕਿ ਉਹਨਾਂ ਨੇ ਖਾਲੀ ਕਰਨਾ ਆਪਣਾ ਕੰਟਰੀ ਜਿੱਥੇ ਇਕਨੋਮੀ ਵਿਗੜਦੀ ਗਈ ਹੈ ਪੈਸੇ ਵੀ ਸਾਡੇ ਲਾਗੇ ਪੈਸੇ ਵੀ ਹਜਮ ਹੋ ਗਏ ਤੇ ਬੱਚਾ ਵੀ ਵਾਪਸ ਬੱਚਾ ਵੀ ਵਾਪਸ ਆਏਗਾ ਔਰ ਡਿਪੋਰਟ ਹੋਣ ਤੋਂ ਬਾਅਦ ਅੱਗੋਂ ਕਿਸੇ ਹੋਰ ਕੰਟਰੀ ਜਾਣ ਜੁਗਾ ਵੀ ਨਹੀਂ ਰਹੇਗਾ ਸੋ ਔਖਾ ਕੰਮ ਹੋ ਗਿਆ ਅੱਛਾ ਕਿ ਉਥੋਂ ਮੋਤਾਂ ਨੀ ਖਬਰਾਂ ਬੜੀਆਂ ਆ ਰਹੀਆਂ ਬੱਚਿਆਂ ਦੀ ਇਹ ਕੀ ਇੱਥੇ ਤਾਂ ਮੈਂ ਉਹਦਾਂ ਦੀਆਂ ਖਬਰਾਂ ਦੇਖਦਾ ਨਹੀਂ 20 ਸਾਲ ਦੇ 21 ਸਾਲ ਦੇ ਨੌਜਵਾਨ ਇਹਦੇ ਸੋਹਣੇ ਬੱਚੇ ਮਾਪੇ ਹੀਰੇ ਵਰਗਾ ਪੁੱਤ ਧੀ ਭੇਜਦੇ ਆ ਤੇ ਕਿਤੇ ਧੀ ਦੀ ਮੌਤ ਦੀ ਖਬਰ ਕਿਤੇ ਪੁੱਤ ਦੀ ਮੌਤ ਦੀ ਖਬਰ ਇਹਦੇ ਅਸਲ ਕਾਰਨ ਕੀ ਨੇ ਭਾਜੀ ਉਹੀ ਗੱਲ ਹੈ ਡਿਮਾਂਡ ਐਂਡ ਸਪਲਾਈ ਐਕਸਪੈਕਟੇਸ਼ਨ ਅਨ ਰਿਐਲਿਟੀ ਸੁਪਨੇ ਆਉਂਦੇ ਆ ਕਿ ਇੱਥੋਂ ਜਾਂਦੇ ਆ ਕੈਨੇਡਾ ਐਪਲ ਫੋਨ ਲੈ ਲੈਣਾ ਮੇਰਾ ਖੁਦ ਆਪਣੇ ਵਾਂ ਗਿਆ ਰੀਅਲ ਪ੍ਰੇਮਾ ਉੱਥੇ ਜਾ ਕੇ ਜਦੋਂ ਪਹਿਲੇ ਦਿਨ ਇਹਨੂੰ ਹੋਟਲ 'ਚ ਰਹਿਣਾ ਪਿਆ ਤੇ 200 ਡਾਲਰ ਅਮਰੀਕਨ ਲੱਗ ਗਏ ਯਾਨੀ ਕਿ 16-18000 ਰੁਪਏ ਲੱਗ ਗਿਆ ਉਹ ਮਾਰਦਾ ਸੀ ਚੀਕਾਂ ਮਾਮੂ ਮੈਂ ਤਾਂ ਮਰ ਗਿਆ ਮੈਂ ਕਿਹਾ ਪੁੱਤ ਤੂੰ ਜਾਨ ਨੂੰ ਸੋਚਦਾ ਸੀ ਚਲੋ ਮਾਪਿਓ ਸੈਨੇ ਆ ਉੱਥੇ ਵੀਰੇ ਯਾਰ ਦੋਸਤ ਨੇ ਉੱਥੇ ਫਿਰ ਮੇਰੇ ਦੋਸਤ ਨੇ ਉਹ ਮੈਂ ਉਹਨੂੰ ਨੰਬਰ ਤੇ ਦੇ ਕੇ ਭੇਜਿਆ ਸੀ ਉਹਨੇ ਉਥੋਂ ਫਲਾਈਟ ਫੜੀ ਮੈਂ ਕਿਹਾ ਹੁਣ ਤੂੰ ਆਪਣਾ ਕਾਲਜ ਵੇਖ ਲਿਆ ਹੁਣ ਤੂੰ ਫਲਾਈਟ ਫੜ ਤੇ ਪਿਟਸਬਰਗ ਤੋਂ ਪਹੁੰਚ ਸਿਕਰਾਵੈਂਟੋ ਕੈਲੀਫੋਰਨੀਆ ਪਰ ਮੈਂ ਨੌ ਦੇ ਘਰ ਰਿਆ ਤੇ ਮੇਰਾ ਤਾਂ ਚਲੋ ਕੋਈ ਭੈਣ ਭਰਾ ਸੀਗਾ ਜਿੰਨੇ ਮੇਰੇ ਬੱਚੇ ਦੀ ਬਾਹ ਫੜ ਲਈ ਨਹੀਂ ਤਾਂ ਰੋਜ਼ ਦਾ ਜੇ 200 ਡਾਲਰਾਂ ਗੁਣਾ ਕਰੀ ਅੱਛਾ ਫਿਰ ਉਹਨੂੰ ਦੋ ਦਿਨ ਗੁਰਦੁਆਰੇ ਵੀ ਰਹਿਣਾ ਪਿਆ ਕਿਉਂਕਿ ਜਿੱਦਨ ਉਹ ਪਹੁੰਚਿਆ ਉਸ ਦਿਨ ਉੱਥੇ ਹੌਲੀਡੇ ਦਾ ਟਾਈਮ ਸੀ ਤੇ ਉਹਨੂੰ ਕੋਈ ਮਿਲਿਆ ਹੀ ਨਹੀਂ ਉੱਥੇ ਕੋਈ ਵੀ ਤੇ ਪਰੇਸ਼ਾਨ ਹੋਇਆ ਗੁਰਦੁਆਰੇ ਵੀ ਗਿਆ ਤੇ ਗੁਰਦੁਆਰਾ ਵੀ ਬੰਦ ਸੀ ਫਿਰ ਉੱਥੇ ਆਣਗਵਣ ਕਿਸੇ ਨੇ ਦੱਸਿਆ ਵੀ ਇਹ ਗੁਰਦੁਆਰੇ ਦੇ ਜਿਹੜੇ ਪ੍ਰਧਾਨ ਜੀ ਹੈ ਫਲਾਣੀ ਜਗ੍ਹਾ ਰਹਿੰਦੇ ਆ ਉਹ ਉੱਥੇ ਗਿਆ ਉੱਥੇ ਜਾਣ ਤੋਂ ਬਾਅਦ ਉਹਨਾਂ ਨੇ ਕਿਹਾ ਕੋਈ ਨਹੀਂ ਬੇਟਾ ਤੇਰਾ ਖੋਲ ਦਿੰਨੇ ਆ ਤੇ ਉੱਥੇ ਵੀ ਕਿਸੇ ਆਪਣੇ ਪੰਜਾਬੀ ਭਰਾ ਕਰੋ ਦੋ ਦਿਨ ਤਿੰਨ ਦਿਨ ਉਹਨੂੰ ਰੋਟੀ ਆਈ ਸੋ ਦੇਖਿਆ ਜਾਵੇ ਤੇ ਜੇ ਉਹਦੇ ਕੋਲ ਉਹ ਵੀ ਸਾਧਨ ਨਾ ਹੁੰਦਾ ਮੇਰਾ ਵੀ ਬੈਕਅਪ ਨਾ ਹੁੰਦਾ ਉਹਨੇ ਇੰਡੀਆ ਵਾਪਸ ਆਉਣਾ ਸੀ ਤੇ ਜੇ ਨਾਮ ਹੁਣ ਹੁੰਦਾ ਕੀ ਹੈ ਚਲੋ ਸਾਡੇ ਬੱਚੇ ਕੋਲ ਤੇ ਸਾਡਾ ਆਪਣਾ ਅਸੀਂ ਕਿਹਾ ਸੀ ਪੁੱਤ ਤੂੰ ਟੈਨਸ਼ਨ ਨਹੀਂ ਲੈਣੀ ਜਾਂ ਪੈਸੇ ਪਾ ਦਾਂਗੇ ਜਾਂ ਬਹੁਤੀ ਗੱਲ ਹੋਈ ਟਿਕਟ ਫੜੀ ਆ ਜੀ ਫਿਰ ਦੁਬਾਰਾ ਭੇਜਾਂਗੇ ਤੈਨੂੰ ਇੱਕ ਫੇਰਾ ਮਾਰ ਕੇ ਆ ਜਾ ਕੋਈ ਗੱਲ ਨਹੀਂ ਹੁਣ ਜਿਹੜੇ ਬੱਚੇ ਗਏ ਹੀ ਇੱਥੇ ਮੁੱਛ ਤੂੰ ਸਿੱਧੀ ਕਰਕੇ ਆ ਬੱਚੇ ਲਿਆਂ ਕੈਨੇਡਾ ਹੁਣ ਨਹੀਂ ਮੋੜਦਾ ਉਹ ਵਾਲੇ ਬੱਚਿਆਂ ਨੂੰ ਸਟ੍ਰੈਸ ਲੈਵਲ ਵੱਧ ਗਿਆ ਉਹਨਾਂ ਦੇ ਅੰਦਰ ਈਗੋ ਵੱਧ ਗਿਆ ਕਿ ਜੇ ਮੈਂ ਵਾਪਸ ਗਿਆ ਤਾਂ ਮੇਰੀ ਪਿੰਡ ਚ ਜਾਂ ਮੇਰੇ ਯਾਰੀ ਦੋਸਤੀ ਚ ਦੂਰੇ ਦੂਰੇ ਜਾਣੀ ਹੈ ਉੱਥੇ ਰਹਿਣ ਜੋਗਾ ਹੈ ਨਹੀਂ ਉਹ ਜਿਹੜਾ ਗੈਪ ਨਾਲ ਸਟ्रेस ਲੈਵਲ ਵੱਧ ਗਿਆ ਤੇ ਉਹ ਫਿਰ ਆਪਣਾ ਆਤਮ ਹਤਿਆਈ ਉਹਨਾਂ ਨੂੰ ਜਾਂ ਸੁਸਾਈਡ ਕਹ ਲਓ ਜਾਂ ਆਪਣਾ ਸਰੀਰ ਛੱਡਣਾ ਹੀ ਉਹਨਾਂ ਨੂੰ ਸੌਖਾ ਲੱਗਿਆ ਇੱਕ ਜਿਹੜਾ ਜਿਵੇਂ ਅਸੀਂ ਖਬਰਾਂ ਤਾਂ ਖਬਰਾਂ 'ਚ ਇਹ ਆਉਂਦਾ ਕਿ ਜੀ ਹਾਰਟ ਅਟੈਕ ਹੋ ਗਿਆ ਐਨੇ ਹਾਰਟ ਅਟੈਕ ਹੀ ਹੋ ਜਾਂਦੇ ਆ ਜਾਂ ਅਸਲ ਕਾਰਨ ਉਹਦੇ ਪਿੱਛੇ ਕੁਝ ਹੋਰ ਨੇ ਕਿਉਂਕਿ ਉੱਥੇ ਡਰੱਗਸ ਨੂੰ ਲੈ ਕੇ ਵੀ ਬੜੇ ਸ਼ੰਕੇ ਪੈਦਾ ਹੁੰਦੇ ਨੇ ਉਹ ਵੀ ਓਪਨ ਕਰਤੀ ਇੱਥੇ ਅਸੀਂ ਕਹਿੰਦੇ ਆ ਕਿ ਪੰਜਾਬ 'ਚ ਨਸ਼ਾ ਜੀ ਤੇ ਇੱਥੇ ਤਾਂ ਫਿਰ ਵੀ ਗੈਰਕਾਨੂੰਨੀ ਆ ਉੱਥੇ ਤਾਂ ਕਾਨੂੰਨੀ ਕਰਤਾ ਭਈ ਕਾਨੂੰਨੀ ਤਾਂ ਕਰਤਾ ਕਿ ਸਟੇਟ ਕਹਿੰਦੀ ਹੈ ਵੀ ਠੱਠੇ ਕੁਝ ਬੋਦ ਹੋਈ ਮਰਨਾ ਹੈ ਮਰੋ ਮੈਂ ਕੀ ਕਰਾਂ ਜੇ ਤੁਸੀਂ ਨਸ਼ੇ ਕਰਨੋਂ ਬਾਜ਼ ਨਹੀਂ ਆਂਦੇ ਤੇ ਮੈਂ ਆਪਣੀ ਪੁਲਿਸ ਦਾ ਜੋਰ ਆਪਣੀ ਅਦਾਲਤਾਂ ਦਾ ਜੋਰ ਆਪਣੀ ਸਾਰੀ ਮਸ਼ੀਨੀਰੀ ਦਾ ਜੋਰ ਲੈਬਾਰਟਰੀ ਦੇ ਟੈਸਟ ਮੈਂ ਸਾਰਾ ਕੁਝ ਮੁਫਤ ਕਰ ਦੇ ਫਿਰਾਂ ਤੇ ਉਹ ਤੁਸੀਂ ਹਟ ਰਹੇ ਨਹੀਂ ਮਰਨੋਂ ਤੇ ਮੈਂ ਤੁਹਾਨੂੰ ਕੀ ਕਰਾਂ ਤੇ ਉਹਨਾਂ ਨੇ ਉਹ ਫਿਰ ਲਿਮਟਿਡ ਡੋਜ਼ ਜਿਹੜੀ ਹੈ ਉਹਨੂੰ ਲੀਗਲ ਕਰਤਾ ਜਿੱਤੋਂ ਤੱਕ ਹਾਰਟ ਅਟੈਕ ਦੀ ਗੱਲ ਹੈ ਜੀ ਸਟ्रेस ਵੀ ਹੈ ਉਹਦਾ ਕਾਰਨ ਉਹਦਾ ਕਾਰਨ ਡਰੱਗਸ ਵੀ ਹੈ ਉਹਦਾ ਕਾਰਨ ਫਰਸਟ੍ਰੇਸ਼ਨ ਵੀ ਹੈ ਉਹਦਾ ਕਾਰਨ ਧੋਖੇਬਾਜ਼ੀਆਂ ਵੀ ਹੈ ਉਹਦਾ ਕਾਰਨ ਜਿਹੜੀ ਈਗੋ ਆਪਾਂ ਲੈ ਕੇ ਤੁਰ ਪਏ ਇਥੋਂ ਉਹ ਵੀ ਐ ਸੋ ਇਹੋ ਹੀ ਬਚਪਨਾ ਹੈ ਅਸੀਂ ਵੀ ਜਦੋਂ ਬਚਪਨੇ 'ਚ ਨਵੀਂ-ਨਵੀਂ ਇੰਜੀਨੀਅਰਿੰਗ ਕੀਤੀ ਸੀ ਅਮਰੀਕਾ ਦਾ ਵੀਜ਼ਾ ਲੱਗਿਆ ਸੀ ਅਸੀਂ ਵੀ ਪੁੱਛ ਨੂੰ ਟੇਡਾ ਕੀਤਾ ਸੀ ਸੱਤ ਵੱਲ ਪਾਏ ਸੀ ਤੇ ਸਾਨੂੰ ਹੀ ਪੈਰ ਸਾਡਾ ਜ਼ਮੀਨ ਤੇ ਨਹੀਂ ਲੱਗਦਾ ਲੈ ਵੀ ਅਮਰੀਕਾ ਚੱਲੇ ਆ ਤੇ ਅਮਰੀਕਾ ਜਾ ਕੇ ਵੀ ਵੇਖ ਲਿਆ ਵੀ ਕੀ ਉੱਥੇ ਹਾਲ ਹੈ ਠੀਕ ਹੈ ਘਰ ਦੇਆਂ ਦਾ ਬੈਕਅਪ ਸੀ ਤੇ ਆਪਣਾ ਕੋਰਸ ਪੂਰਾ ਕੀਤਾ ਟਾਰਗੇਟ ਹੀ ਉਹਨਾਂ ਸੀ ਵੀ ਉਹ ਕਰਕੇ ਆਉਣਾ ਕੋਰਸ ਕੰਪਲੀਟ ਕੀਤਾ ਆ ਗਏ ਫਿਰ ਚਲ ਗਏ ਫਿਰ ਆ ਗਏ ਸੋ ਸਾਡਾ ਸਿਨੈਰੀਓ ਹੋਰ ਸੀ ਪਰ ਜਿਹੜੇ ਸਾਡੇ ਬੱਚੇ ਈਗੋ ਲੈ ਕੇ ਜਾਂਦੇ ਆ ਪਿਓ ਦੀ ਪਹਿਲੀ ਵੇਚ ਕੇ ਜਾਂਦੇ ਆ ਤੁਹਾਨੂੰ ਕਹਿੰਦੇ ਜਾਂਦੇ ਆ ਮੈਂ ਤੇਰੀ ਸਾਲ ਚ ਪਹਿਲੀ ਮੋੜ ਦੇਣੀ ਆ ਉਹ ਸਾਲ ਚ ਫਿਰ ਉੱਥੇ ਆਪਣੀ ਰੋਟੀ ਨਹੀਂ ਪੂਰੀ ਹੁੰਦੀ ਤੇ ਬਾਪੂ ਦੀ ਪਹਿਲੀ ਤਾਂ ਕਿੱਥੋਂ ਮੋੜਨੀ ਆ ਤੁਸੀਂ ਜਿਹੜੀ ਆ ਗੱਲ ਕੀਤੀ ਰਹੀ ਕਿ ਬੱਚੀਆਂ ਬੱਚਿਆਂ ਦੇ ਮੂਰੇ ਟਾਰਗੇਟ ਹੈ ਇਹ ਚਲੋ ਮੁੰਡਿਆਂ ਤੇ ਤਾਂ ਆਪਾਂ ਮੰਨ ਲਿਆ ਥੋੜਾ ਬਹੁਤਾ ਉਹ ਟਾਰਗੇਟ ਕਿਤੇ ਨਾ ਕਿਤੇ ਕਰ ਚ ਕਾਮਯਾਬੀ ਮੰਨ ਲਓ ਹੋ ਜਾਣਗੇ ਨਹੀਂ ਤਾਂ ਕੋਈ ਸੜਕ ਤੇ ਹੀ ਪੈ ਜੂ ਮੁੰਡਾ ਤਾਂ ਸਰ ਜੂਗਾ ਜਿਹੜੀਆਂ ਧੀਆਂ ਵਿਚਾਰੀਆਂ ਆਇਆਂ ਗਈਆਂ ਜਿੱਥਾਂ ਤੇ ਵੀ ਪ੍ਰੈਸ਼ਰ ਜਦੋਂ ਮਾਪੇ ਕੈਨੇਡਾ ਵਾਲਾ ਜਾ ਚੜਾ ਦਿੰਦੇ ਨੇ ਨਾ ਉਦੋਂ ਇਹ ਨਹੀਂ ਸੋਚਦੇ ਕਿ ਸਾਡੀ ਧੀ ਇਹ ਤਾਂ ਸਾਡੀ ਕੁੜੀ ਆ ਫਿਰ ਉਦੋਂ ਉਹ ਟਾਰਗੇਟ ਉਹਨੂੰ ਦੇ ਦਿੰਦੇ ਆ ਵੀ ਭਾਈ ਵੇਖ ਆਪਾਂ ਕਰ ਜਾਈ ਚੱਕਿਆ ਘਰ ਵੀ ਨਹੀਂ ਵੀ ਦੇਖੀ ਆ ਉਹਦੀ ਫੀਸ ਵੀ ਭਰੀ ਉਹਨਾਂ ਬੱਚੀਆਂ ਦੀ ਹਾਲਤ ਨੂੰ ਲੈ ਕੇ ਉੱਥੇ ਕਿਸ ਤਰ੍ਹਾਂ ਦੀਆਂ ਕਿਉਂਕਿ ਤੁਹਾਡੇ ਸਰਕਲ ਦੇ ਵਿੱਚ ਬਹੁਤ ਲੋਕ ਨੇ ਉਹਨਾਂ ਨਾਲ ਗੱਲਬਾਤ ਹੁੰਦੀ ਆ ਤਾਂ ਉਹਨਾਂ ਬੱਚੀਆਂ ਦੀ ਸਥਿਤੀ ਨੂੰ ਕਿਵੇਂ ਦੇਖੀਏ ਸ਼ਰਮ ਹੀ ਆਉਂਦੀ ਵੀ ਮੈਂ মিডিਆ ਅੱਗੇ ਕੀ ਗੱਲ ਕਰਾਂ ਹਰ ਕੁਝ ਹੋ ਰਿਹਾ ਭਾਜੀ 10 ڈالر 15 ڈالر 20 ڈالر ਤੋਂ ਲੈ ਕੇ ਕੀਮਤ ਜਿਹੋ ਜਿਹੀ ਵੀ ਭਰ ਦਵੇ ਸੋ ਮੈਂ ਸ਼ਰਮ ਹੀ ਹੁੰਦੀ ਵੀ ਨਹੀਂ ਕਰੀ ਇਹੋ ਜੀ ਗੱਲ ਸਾਰੀਆਂ ਨਹੀਂ ਇਹੋ ਜੀਆਂ ਕੋਈ ਮਜਬੂਰ ਹੋ ਕੇ ਵੀ ਕਰ ਰਹੀਆਂ ਕੋਈ ਸ਼ੌਂਕ ਨਾਲ ਕਰਨ ਲੱਗ ਪਈਆਂ ਕੋਈ ਕੁਛ ਹੈ ਕੋਈ ਕੁਛ ਹੈ ਮੁੰਡੇ ਵੀ ਇਹੋ ਜਿਹੋਗੇ ਨੇ ਹੁਣ ਭਾਜੀ ਮਰਦਾ ਕਿਆ ਨਾ ਕਰਤਾ ਉਹ ਹੁਣ ਹੁਣ ਉਹਨਾਂ ਅੱਗੇ ਆਪਣਾ ਇਹੋ ਜਿਹਾ ਕੰਮ ਕਰਨਾ ਕੋਈ ਬਹੁਤ ਵੱਡੀ ਗੱਲ ਨਹੀਂ ਰਹਿ ਗਈ ਕਿਉਂਕਿ ਹੁਣ ਇੱਕ ਪਾਸੇ ਫਸਸੀ ਹੋ ਹੁੰਦੀ ਐ ਮਰਨ ਦੀ ਕਿਨਾਰੇ ਆਏ ਆਂ ਸ਼ਾਮ ਨੂੰ 20 ਡਾਲਰ ਵੀ ਮਿਲ ਜਾਣਗੇ ਤੇ ਰੋਟੀ ਖਾਂਜੋਗੇ ਹੋ ਜਾਗੇ ਜਾਂ ਕੋਈ ਚਾਰ ਜਾਣੇ ਰਲ ਕੇ ਕੁਛ ਕਰ ਲਾਂਗੇ ਮਕਾਨ ਮਾਲਕ ਉੱਥੇ ਇੱਥੇ ਵਾਂਗੂ ਥੋੜੀ ਜਿਹੀ ਮਕਾਨ ਚ ਬੈ ਕੇ ਤੁਸੀਂ ਕਿਰਾਏ ਨੇ ਉਹ ਤੋਂ ਤੁਹਾਨੂੰ ਪੁੱਛੇਗਾ ਕੋਈ ਨਹੀਂ ਅਗਲੇ ਮਿੰਟ ਚ 911 ਕਾਲ ਕਰਦੇ ਤੇ ਚੁੱਕ ਕੇ ਭਾਂਡੇ ਬਾਹਰ ਰੱਖ ਦਿੰਦੇ ਸੜਕ ਤੇ ਜਾਂ ਮਕਾਨ ਮਾਲਕ ਵੀ ਚੁੱਕ ਕੇ ਸੜਕ ਤੇ ਰੱਖ ਦਿੰਦੇ ਤੇ ਤੁਹਾਨੂੰ ਪੁੱਛਣ ਕੋਈ ਨਹੀਂ ਆਉਂਦਾ ਉਹ ਕਹਿੰਦਾ ਵੀ ਆਪਣੇ ਕੱਪੜੇ ਲੈ ਸੀ ਇਦਾਂ ਹੋਇਆ ਸਾਡੇ ਨਾਲ ਮੇਰੇ ਭਨੇਵੇਂ ਨਾਲ ਦੋ ਕੁੜੀਆਂ ਤੇ ਇੱਕ ਮੁੰਡਾ ਗਿਆ ਉਹਦੇ ਵਿੱਚੋਂ ਇੱਕ ਲੜਕੀ ਦੇ ਫਾਦਰ ਉੱਥੇ ਰਹਿੰਦੇ ਸੀ ਅੱਛਾ ਇਕੱਠੇ ਗਏ ਨੇ ਤਿੰਨੋ ਬੱਚੇ ਜਾਨ ਤੋਂ ਬਾਅਦ ਉਹਦਾ ਫਾਦਰ 에어ਪੋਰਟ ਤੋਂ ਲੈਣ ਆਇਆ ਤਿੰਨੋ ਬੱਚੇ ਉਹਨਾਂ ਦੇ ਘਰ ਗਏ ਨੇ ਉਹ ਸੁੱਤਾ ਪਿਆ ਸੀ ਰਾਤ ਦਾ ਜੈਟ ਲੈਂਗ ਸੀ ਫਿਰ ਉੱਠ ਕੇ ਵੇਖਿਆ ਵੀ ਘਰ 'ਚ ਕੋਈ ਵੀ ਨਹੀਂ ਤੇ ਉਹਨਾਂ ਨੇ ਕਿਹਾ ਵੀ ਅਸੀਂ ਬ੍ਰੇਕਫਾਸਟ ਕਹਿੰਦੇ ਸੀ ਤੇ ਬਾਹਰੋਂ ਕਰ ਰਹੇ ਹਾਂ ਉਹ 10 ਕਿਲੋਮੀਟਰ ਦੂਰ ਜਾ ਕੇ ਕੁਝ ਕਰਕੇ ਆਏ ਸੀ ਤੇ ਬਾਹਰੋਂ ਬੱਸ ਫੜ ਤੇ ਜਾ ਕੇ ਕਰਿਆ ਉਹ ਬੱਸ ਫੜ ਕੇ ਬ੍ਰੇਕਫਾਸਟ ਕਰਨ ਗਿਆ ਜਦੋਂ ਵਾਪਸ ਆਇਆ ਵੇਖਿਆ ਤਾਂ ਬੈਗ ਬਾਹਰ ਰੱਖਿਆ ਗੇਟੋ ਉਹ ਫਿਰ ਮੁੰਡਾ ਪਛਤਾਵੇ ਮੈਂ ਕੀ ਕਰਾਂ ਉਹਨੇ ਵੀ ਇਸ ਤਰ੍ਹਾਂ ਹੀ ਆਪਣੇ ਕਿਤੇ ਸਰਕਲ 'ਚ ਜ਼ੋਰ ਲਾਇਆ ਫਿਰ ਉੱਥੋਂ ਨਿਊਯਾਰਕ ਗਿਆ ਨਿਊਯਾਰਕ ਕਿਸੇ ਲੇਡੀ ਨੇ ਉਹਨੂੰ ਆਪਣੇ ਘਰ ਰੱਖਿਆ ਉਸ ਲੇਡੀ ਨੇ 4 ਮਹੀਨੇ ਤੋ ਉਹਦੇ ਕੋਲ ਆਪਣਾ ਬੱਚਾ ਸੰਭੋਲਵਾਇਆ ਪੈਸਾ ਵੀ ਕੋਈ ਨਹੀਂ ਦਿੱਤਾ ਸਿਰਫ ਘਰ ਰਹਿਣ ਨੂੰ ਮਿਲ ਗਿਆ ਖਾਣ ਨੂੰ ਰੋਟੀ ਮਿਲ ਗਈ ਪਰ 4 ਮਹੀਨੇ ਉਹ ਉਥੇ ਬੱਚਾ ਸੰਭਾਲਦਾ ਰਿਹਾ ਉਹਦਾ ਲੇਡੀ ਦਾ 4 ਮਹੀਨੇ ਬਾਅਦ ਉਹਨੇ ਮਾੜਾ ਮੋਟਾ ਕੁਝ ਆੜਾ ਬੜਾ ਲੱਭਦਾ ਰਿਹਾ ਕਰਦਾ ਰਿਹਾ ਅਜੋ ਇਲੀਗਲ ਆ ਉਥੇ ਕਿਉਂਕਿ ਤੁਹਾਡੇ ਕ੍ਰੈਡਿਟ ਰੈਟਰ ਨਹੀਂ ਹੋਏ ਤੁਹਾਡੀ ਇੱਕ ਸਕੋਰ ਲੱਗਦੀ ਹੈ ਜਦੋਂ ਤੁਸੀਂ ਉੱਥੇ ਪਹੁੰਚਦੇ ਹੋ ਤੁਸੀਂ ਜੇ ਸਟੂਡੈਂਟ ਵੀਜ਼ੇ ਤੇ ਗਏ ਹੋ ਤਾਂ ਯੂਐਸਏ ਤੁਹਾਡੀ ਯੂ ਸਕੋਰ ਲੱਗਦੀ ਹੈ ਟਾਰਗੇਟ ਤਾਂ ਇਹਨਾਂ ਧੱਕਿਆਂ 'ਚ ਰੁਲ ਗਿਆ ਨਾ ਟਾਰਗੇਟ ਤੇ ਮਿੱਟੀ ਹੋ ਗਿਆ ਧੱਕਿਆਂ 'ਚ ਕਿਉਂਕਿ ਘਰੋਂ ਜਿੰਨੇ ਕੇ ਪੈਸੇ ਸੀ ਸਾਰੇ ਇੱਕ ਵਾਰੀ ਲਾ ਕੇ ਭੇਜਦੇ ਘਰ ਦੇ ਨੇ ਵੀ ਹੱਥ ਖੜੇ ਕਰਦੇ ਵੀ ਸਾਡੇ ਕੋਲ ਪੈਸਾ ਹੈ ਨਹੀਂ ਵਾਪਸੀ ਦੀ ਟਿਕਟ ਚਾਹੀਦੀ ਉਹ ਤੇ ਉਹ ਇਕੱਠੀ-ਕੁੱਠੀ ਕਰਕੇ ਲੱਖਾਂ-ਵਾਲਾ ਕਰਮਾ ਭੇਜ ਦਿੰਦੇ ਆ ਹੁਣ ਇਸ ਪੂਰੇ ਮਸਲੇ ਲਈ ਆਪਾਂ ਉਹ ਬੱਚੇ ਤਾਂ ਕੱਚੀ ਮਿੱਟੀ ਆ ਉਹ ਤਾਂ ਵਿਚਾਰਾ ਪਲੱਸ 2 ਵਾਲਾ ਜਵਾਕ ਮੈਨੂੰ ਪਤਾ ਕਿ ਸਾਨੂੰ ਤਾਂ ਪਲੱਸ 2 ਜਦੋਂ ਕੀਤੀ ਹੈ ਕੱਖ ਵੀ ਨਹੀਂ ਪਤਾ ਸੀ ਜੇ ਬਾਜ਼ਾਰ ਵੀ ਜਾਣਾ ਤੇ ਡੈਡੀ ਜੀ ਮੰਮੀ ਜੀ ਪਰਿਵਾਰ ਤੋਂ ਬਿਨਾਂ ਆਪ ਨੂੰ ਕੁਝ ਨਹੀਂ ਪਤਾ ਹੁਣ ਵਾਲੇ ਬੱਚੇ ਠੀਕ ਹੈ ਸਾਡੇ ਨਾਲ ਉਹ ਤੇਜ਼ ਹੋ ਸਕਦੇ ਆ ਇੰਨੇ ਤੇਜ਼ ਵੀ ਨਹੀਂ ਇੰਨੇ ਵੀ ਨਹੀਂ ਹੋ ਸਕਦੇ ਪਰ ਇਹਨਾਂ ਹਾਲਾਤਾਂ ਦੇ ਵਿੱਚ ਹੁਣ ਤੁਸੀਂ ਉਹਨਾਂ ਬੱਚਿਆਂ ਨੂੰ ਜ਼ਿੰਮੇਵਾਰ ਸਮਝਦੇ ਹੋ ਜਾਂ ਜਾਂ ਜਿਹੜੇ ਪਿੱਛੇ ਮਾਪੇ ਬੈਠੇ ਆ ਜਿਹੜੇ ਸਾਂਮੀਦਾਰ ਜਿਹਨਾਂ ਨੇ ਜਿੰਦਗੀ ਤੇ ਅਨੁਭਵ ਵੇਖਿਆ ਤਾਂ ਫਿਰ ਉਹਨਾਂ ਨੂੰ ਕੀ ਹੋਇਆ ਜਾਂ ਤੁਹਾਨੂੰ ਲੱਗਦਾ ਕਿ ਉਹਨਾਂ ਨੂੰ ਸਟੈਂਡ ਲੈਣਾ ਪਏਗਾ ਜਾਂ ਫਿਰ ਬੱਚਿਆਂ ਦੀ ਜ਼ਿੰਮੇਵਾਰੀ ਬੰਦੀ ਹੈ ਭਾਜੀ ਮਾਪੇ ਮਜਬੂਰ ਨੇ ਉਹ ਕਹਿੰਦੇ ਵੀ ਇਹ ਖਾ ਕੇ ਮਰ ਗਿਆ ਤੇ ਮੈਂ ਵੀ ਮੈਂ ਕੀ ਕਰ ਲਵਾਂ ਇਸ ਬੈਲੀ ਨੂੰ ਮੁਰਕੀ ਵੀ ਦੇ ਕੇ ਦਊਗਾ দান ਚ ਉਹ ਉਹਨਾਂ ਦੇ ਕੇ ਮਜਬੂਰ ਹੋ ਗਏ ਨੇ ਜਿਹੜਾ ਕਿ ਪਾਪ ਹੈ ਇਹ ਬੱਚਿਆਂ ਨੂੰ ਮੈਂ ਸਲਾਹ ਦੇਣੀ ਚਾਹਨਾ ਕਿ ਮਾਪਿਓ ਦੇ ਤੁਸੀਂ ਕੀਮਤੀ ਗਹਿਣੇ ਜੇ ਕਰੋੜਾ ਅਰਬਾ ਖਰਬਾ ਰੁਪਏ ਲਾ ਕੇ ਵੀ ਨਾ ਨਹੀਂ ਮਿਲਣਾ بڑے ਗੁਰੂ ਧਰਾਂ ਦੇ ਉਹ ਕੱਟ ਕੇ ਨਾ ਕੀ ਕਹਿੰਦੇ ਨੇ ਚਲਿਏ ਤੇ ਕਈ ਕਈ ਮੁਰਾਦਾ ਲੈ ਲੈ ਕੇ ਤੁਹਾਨੂੰ ਪੈਦਾ ਕੀਤਾ ਕੈਨੇਡਾ ਜ਼ਰੂਰ ਜਾਓ ਅਮਰੀਕਾ ਜ਼ਰੂਰ ਜਾਓ ਆਸਟ੍ਰੇਲੀਆ ਜ਼ਰੂਰ ਜਾਓ ਤੁਹਾਡੇ ਲਈ ਬਣੇ ਉਹ ਕੰਟਰੀ ਪਰ ਜਾਓ ਥੋੜੇ ਬਚੌਰ ਹੋ ਕੇ ਗ੍ਰੈਜੂਏਸ਼ਨ ਕਰਕੇ ਇੱਕ ਲੈਵਲ ਲਿਆ ਕੇ ਉਸ ਤੋਂ ਬਾਅਦ ਤੁਸੀਂ ਉੱਥੇ ਜਾਓ ਉਸ ਕੰਟਰੀ 'ਚ ਔਰ ਜਾ ਕੇ ਚੰਗਾ ਕੰਮ ਕਰੋ ਤੇ ਤੁਹਾਨੂੰ ਚੰਗੇ ਪ੍ਰੋਫਾਈਲ ਦੀ ਜੌਬ ਮਿਲੂਗੀ ਔਰ ਤੁਸੀਂ ਆਪਣਾ ਤੇ ਆਪਣੇ ਪਰਿਵਾਰ ਦਾ ਆਪਣੇ ਸਮਾਜ ਦਾ ਆਪਣੇ ਆਲੇ ਦੁਆਲੇ ਦਾ ਕੁਝ ਸਵਾਰ ਸਕੋਗੇ ਛੋਟੀ ਉਮਰੇ ਜਾ ਕੇ ਲੇਬਰ ਜੌਬ ਕਰਨੀ ਬੋਰੀਆਂ ਚੁੱਕਣੀਆਂ ਤੇ ਉਹਦੇ ਨਾਲ ਉਹ ਇੱਥੇ ਮੜੀ-ਮੋਟੀ ਮਿਹਨਤ ਕਰ ਲੋ ਜਿਹਦੇ ਨਾਲ ਤੁਹਾਡਾ ਸਰੀਰ ਕੜਾ ਤੇ ਹੋ ਜਾਏ ਘੱਟੋ-ਘੱਟ ਤੇ ਤੁਸੀਂ ਮਾਪਿਓ ਦਾ ਘੱਟੋ-ਘੱਟ ਪੈਸਾ ਬਚਾ ਸਕੋ ਤੇ ਆਪਣੀ ਜ਼ਿੰਦਗੀ ਬਚਾ ਸਕੋ ਹੁਣ ਵੇਖੋ ਨਾ ਜ ਜਦੋਂ ਜਿਹੜਾ ਬੱਚਾ ਵਿਚਾਰਾ ਚਲਾ ਗਿਆ ਉਹਦੀ ਬਾਡੀ ਨੂੰ ਹੱਥ ਲਾਣ ਜੋਗੇ ਨਹੀਂ ਮਾਪੇ ਕਿਉਂਕਿ ਉਥੋਂ ਲਿਆਂਦੇ ਵੀ ਲੱਖ ਰੁਪਏ ਖਰਚਾ ਏਦਾਂ ਨਹੀਂ ਆਉਣੀ ਸੋ ਇਹੋ ਮੇਰੀ ਬੇਨਤੀ ਕਰ ਲੋ ਮੇਰੀ ਐਡਵਾਈਸ ਕਰ ਲੋ ਮੇਰੀ ਸਮਝ ਕਰ ਲੋ ਕਿ ਮੈਂ ਆਪਣੇ ਛੋਟੇ ਭੈਣ ਭਰਾਵਾਂ ਨੂੰ ਇਹੋ ਸਮੇਂ ਦੇਣਾ ਚਾਹੁੰਨਾ ਸੋ ਧਿਆਨ ਰੱਖੋ ਆਪਣੇ ਮਾਪਿਓ ਦਾ ਤੇ ਆਪਣਾ ਵੀ ਬਹੁਤ ਬਹੁਤ ਸ਼ੁਕਰੀਆ ਮਲਨ ਸਾਹਿਬ ਤਾਂ ਬੇहद ਕੀਮਤੀ ਗੱਲਾਂ ਚਾਹੇ ਐਜ਼ ਅ ਵਕੀਲ ਸਮਝ ਲੋ ਚਾਹੇ ਇੱਕ ਬਾਪ ਵਾਂਗ ਸਮਝ ਲੋ ਤੇ ਚਾਹੇ ਵੱਡੇ ਭਰਾ ਵਾਂਗ ਇਹਨਾਂ ਨੇ ਕੋਸ਼ਿਸ਼ ਕੀਤੀ ਹੈ ਸਾਡੇ ਬੱਚਿਆਂ ਨੂੰ ਸਮਝਾਉਣ ਦੀ ਅਪੀਲ ਕਰਨ ਦੀ ਤੇ ਮਾਪਿਆਂ ਨੂੰ ਵੀ ਥੋੜਾ ਜਿਹਾ ਬੱਚਿਆਂ ਤੇ ਕਿਤੇ ਨਾ ਕਿਤੇ ਧਿਆਨ ਰੱਖਣਾ ਹੋਵੇਗਾ ਉਹਨਾਂ ਨੂੰ ਸਮਝਾਉਣਾ ਪਏਗਾ ਔਰ ਜਿਹੜਾ ਨਵਾਂ ਫੈਸਲਾ ਕਹਿੰਦੇ ਨੇ ਕੈਨੇਡਾ ਸਰਕਾਰ ਦਾ ਕਿ ਹੁਣ ਗ੍ਰੈਜੂਏਟ ਬੱਚੇ ਬਾਹਰ ਜਾਣਗੇ ਕਿਤੇ ਨਾ ਕਿਤੇ ਲੱਗਦਾ ਹੈ ਕਿ ਸ਼ਾਇਦ ਸਾਡੇ ਬੱਚਿਆਂ ਦੀ ਜ਼ਿੰਦਗੀ ਬਚਾਉਣ ਦੇ ਲਈ ਇਹ ਇੱਕ ਚੰਗਾ ਫੈਸਲਾ ਸਾਬਤ ਹੋ ਸਕਦਾ ਹੈ ਪਲੱਸ 2 ਵਾਲੇ ਬੱਚੇ ਕੱਚੀ ਮਿੱਟੀ ਨੇ ਇਸੇ ਲਈ ਸ਼ਾਇਦ ਉਹਨਾਂ ਨੇ ਥੋੜੀ ਸਖਤੀ ਕੀਤੀ ਹੈ ਪਲਸ ਟੂ ਲੇਵੀ ਵੀਜ਼ਾ ਹੈਗਾ ਹਲੇ ਵੀ ਲੱਗਦਾ ਪਰ ਉਹਦੇ ਲਈ ਸ਼ਰਤਾਂ ਤੇ ਹਾਲਾਤ ਬਦਲ ਗਏ ਨੇ ਸਪਾਊਸਰੀ ਜਾਏਗਾ ਤੇ ਉੱਥੇ ਵਰਕ ਪਰਮਿਟ ਨਹੀਂ ਮਿਲੇਗਾ ਜੇ ਬੱਚੇ ਪਲਸ ਗ੍ਰੈਜੂਏਟ ਕਰਕੇ ਜਾਂ ਗ੍ਰੈਜੂਏਸ਼ਨ ਕਰਕੇ ਜਾਂਦੇ ਨੇ ਤਾਂ ਉਹਨਾਂ ਬੱਚਿਆਂ ਨੂੰ ਸਾਰੀਆਂ ਸਹੂਲਤਾਂ ਮਿਲਣੀਆਂ ਉੱਥੇ ਵਰਕ ਪਰਮਿਟ ਵੀ ਮਿਲੇਗਾ ਸਪਾਊਸ ਵੀ ਨਾਲ ਜਾ ਸਕੇਗਾ ਤੇ ਬੱਚੇ ਮੈਚੂਰ ਵੀ ਹੋਣਗੇ ਉਹ ਆਪਦਾ ਤੇ ਪਿੱਛੇ ਆਪਦੇ ਪਰਿਵਾਰ ਦਾ ਧਿਆਨ ਰੱਖਣ ਤੇ ਉਹਨਾਂ ਦਾ ਫਿਕਰ ਉਹਨਾਂ ਦੀ ਚਿੰਤਾ ਨਾਲ ਆਪਣੇ ਲੇਕੇ ਆਪਣੇ ਆਪ ਨੂੰ ਸੰਭਾਲਣਗੇ ਆਪਣੇ ਮਾਪਿਆਂ ਨੂੰ ਵੀ ਖੁਸ਼ੀ ਜਿਹੜੀ ਹੈਗੀ ਆ ਉਹ ਦੇ ਸਕਣਗੇ ਤਾਂ ਇਹੀ ਆਸ ਕਰਦੇ ਆ ਕਿ ਪੰਜਾਬ ਦਾ ਭਵਿੱਖ ਤੁੰਦਰਾ ਨਾ ਹੋਵੇ ਕੈਮਰਾਮੈਨ ਸੰਨਪ੍ਰੀਤ ਦੇ ਨਾਲ ਨਵਿੰਦਰ ਸਿੰਘ ਬਰਾੜ న్యూਸ 18 ਚੰਡੀਗੜ੍ਹ